ਸਾਡੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਿਹਨੂੰ ਤੁਸੀਂ ਵੀ ਮਤਲਬ ਇੱਕ ਸ਼ਰਧਾਂਜਲੀ ਦਿੱਤੀ ਸੀ ਚਾਹੀਦਾ ਤੁਹਾਡੀਆਂ ਵੀ ਅੱਖਾਂ ਨਮ ਸੀਗੀਆਂ ਉਸ ਸਮੇਂ ਤਾਂ ਕੀ ਕਹਿਣਾ ਪੂਰੀ ਜ਼ਿੰਦਗੀ ਉਹਨੂੰ ਕ੍ਰਿਟਿਸਾਈਜ਼ ਕਰਦਾ ਸਿੱਧੂ ਮੂਸੇਵਾਲਾ ਦੀ ਫਿਰ ਗੱਲ ਕਰ ਰਹੀ ਹਾਂ ਵੀ ਉਹਨਾਂ ਦੀ ਡੈਥ ਦੀ ਕਟਿੰਗ ਮਨਕੀਰਤ ਔਲਖ ਦੀ ਜਿਹੜੀ ਇੱਕ ਨਿਊਜ਼ ਲੱਗੀ ਸੀਗੀ ਕਿ ਉਹਨਾਂ ਦੀ ਭਾਗੀਦਾਰੀ ਹੈ ਜਾਂ ਜੋ ਵੀ ਹੈ ਉਹਦੀ ਇੱਕ ਨਿਊਜ਼ ਜਾਂ ਜੋ ਵੀ ਇੱਕ ਰੀਸੈਂਟ ਨਿਊਜ਼ ਚੱਲ ਰਹੀਆਂ ਸੀ ਕੰਟਰੋਵਰਸੀਜ਼ ਵਾਲੀਆਂ ਜਿਹੜੀਆਂ ਹੈਵੀ ਕੰਟਰੋਵਰਸੀ ਦੇ ਵਿੱਚ ਚੱਲ ਰਹੀਆਂ ਸੀਗੀਆਂ ਉਹ ਜਿਹੜੀਆਂ ਕਟਿੰਗਸ ਨੇ ਉਸ ਗੀਤ ਦੇ ਵਿੱਚ ਵੀਡੀਓ ਦੇ ਵਿੱਚ ਲਗਾਈਆਂ ਗਈਆਂ ਨੇ ਕਿ ਤੁਸੀਂ ਕੰਟਰੋਵਰਸੀ ਚਾਹੁੰਦੇ ਅੰਮ੍ਰਿਤ ਮਾਨ ਉਹਨਾਂ ਦੇ ਕਹਿਣ ਦੇ ਲਈ ਉਹ ਕਹਿੰਦੇ ਨੇ ਕਿ ਮੇਰਾ ਭਰਾ ਸੀਗਾ ਮੇਰਾ ਭਰਾ ਚਲਾ ਗਿਆ ਮੇਰੇ ਬੱਚੇ ਹੋਣਗੇ ਤਾਂ ਮੈਂ ਕਹੂੰਗਾ ਕਿ ਤੁਹਾਡਾ ਚਾਚਾ ਹੁੰਦਾ ਸੀਗਾ ਉਹਨਾਂ ਨੇ ਇੱਕ ਸਟੇਜ 'ਤੇ ਇਹ ਗੱਲ ਕਹੀ ਸੀ ਪਰ ਉਹਨਾਂ ਦੇ ਹੁਣ ਦੀ ਗਵਰਨਮੈਂਟ ਦੇ ਵਿੱਚ ਹੁਣ ਜਿਹੜੀ ਗਵਰਨਮੈਂਟ ਚੱਲ ਰਹੀ ਹੈ ਉਹਨਾਂ ਦੇ 3 MLA ਨੇ ਜਿਹੜੇ ਅੰਮ੍ਰਿਤ ਮਾਨ ਦੇ ਦੋਸਤ ਨੇ ਕੀ ਮਤਲਬ ਇਹ ਸਭ ਇੱਕ ਗੱਲਾਂ ਹੀ ਰਹਿ ਗਈਆਂ ਨੇ ਰਿਸ਼ਤੇ ਫਿਰ ਪਲੈਨਿੰਗ ਵੀ ਹੁੰਦੀ ਹੈ ਅੱਜ ਕੱਲ੍ਹ ਜਨਰੇਸ਼ਨ ਬਹੁਤ ਦਿਮਾਗ ਲਾਉਂਦੀ ਹੈ ਕਈ ਵਾਰ ਪਲੈਨਿੰਗ ਵੀ ਨਿਕਲਦੀ ਹੈ ਨਾ ਗੱਲਾਂ ਜਿਹਨੂੰ ਮੂਣੋ ਲਾਈ ਫਿਰਦੇ ਜਿਹਨੂੰ ਮੂਣੋ ਲਾਈ ਫਿਰਦੇ ਉਹਨੂੰ ਹੱਥੀਂ ਸੱਟ ਜਾਵਾਂਗੇ ਨੀ ਤੂੰ ਚੇਤੇ ਆਓ ਹਟ ਜਾ ਹਾਏ ਅਸੀਂ ਪੀੜੋ ਹਟ ਜਾਵਾਂਗੇ ਚੰਡੀਗੜ੍ਹ ਮੇਰੀ ਪ੍ਰੈਸ ਕਾਨਫਰੰਸ ਚੱਲਦੀ ਸੀ ਉਦੋਂ ਪਹਿਲੇ ਦਿਨ ਮੀਡੀਆ ਨੂੰ ਸੀ ਵੀਡੀਓ ਦਿਖਾਇਆ ਇੱਕ ਸਰਦਾਰ ਜੀ ਮੈਨੂੰ ਕਹਿੰਦੇ ਵੀ ਤੁਸੀਂ ਆਹੋ ਜਿਹੇ ਗਾਣੇ ਗਾ ਕੇ ਇਮੋਸ਼ਨਲੀ ਜਿਹਾ ਇਵੇਂ ਕਰਨਾ ਚਾਹੁੰਦੇ ਹੋ ਅਤੇ ਦਿਲ 'ਚ ਤੁਹਾਡੇ ਕੀ ਆ ਅਤੇ ਆਈ ਡੋਂਟ ਨੋ ਭਾਈ ਤੁਹਾਡੇ ਦਿਲਾਂ 'ਚ ਕੀ ਆ ਇਵੇਂ ਮੈਨੂੰ ਉਹਨਾਂ ਨੇ ਕਿਹਾ ਹਾਂਜੀ ਭਾਈ ਹੈਗਾ ਤਾਂ ਪਿੱਛੇ ਪ੍ਰੋਫੈਸ਼ਨਲਿਜ਼ਮ ਹੀ ਆ ਮਕਸਦ ਪੈਸੇ ਮੈਂ ਸਰਦਾਰ ਜੀ ਤੁਹਾਡੇ ਨਿਆਣੇ ਹੈਗੇ ਆ ਕਹਿੰਦੇ ਦੋ ਮੁੰਡੇ ਮੈਂ ਕਿਹਾ ਵਿਆਹੇ ਕਿੰਨੇ ਕਹਿੰਦਾ ਜੀ ਕਿਸੇ ਦਾ ਵਿਆਹ ਨਹੀਂ ਕੀਤਾ ਮੈਂ ਜੇ ਤੁਸੀਂ ਮੇਰਾ ਇਹ ਗਾਣਾ ਸੁਣ ਕੇ ਅਤੇ ਮੈਨੂੰ ਆਪਣੇ ਬੇਟੇ ਦੇ ਵਿਆਹ 'ਚ ਬੁਲਾ ਰਹੇ ਹੋ ਨਾ ਫਿਰ ਮੈਂ ਜ਼ਰੂਰ ਪੈਸੇ ਲਈ ਗਾ ਰਿਹਾ ਜੇ ਨਹੀਂ ਬੁਲਾਓਗੇ ਨਾ ਇਹ ਗਾਣਾ ਸੁਣਨ ਦੇ ਲਈ ਫਿਰ ਤੁਸੀਂ ਕਿਤੇ ਨਾ ਕਿਤੇ ਸੋਚੋ ਜ਼ਰੂਰ ਤੁਸੀਂ ਕੀ ਪੁੱਛਦੇ ਹੋ ਕਿ ਕੋਈ ਬੰਦਾ ਕੋਈ ਐਫਰਟ ਕਰਦਾ ਹੈ ਨਾ ਹੋਰ ਕਿੰਨੇ ਆਰਟਿਸਟ ਸੀਗੇ ਪਾਕਿਸਤਾਨ 'ਚ ਵੀ ਸੀਗੇ ਇੰਡੀਆ 'ਚ ਵੀ ਸੀਗੇ ਕਿਸੇ ਨੇ ਟਰਾਈ ਨਹੀਂ ਕੀਤੀ ਅਤੇ ਜੇ ਕੋਈ ਕਰੇ ਤਾਂ ਉਹਦੀ ਐਪਰੀਸ਼ੀਏਸ਼ਨ ਹੋਣੀ ਚਾਹੀਦੀ ਥੈਂਕਸ ਟੂ PTC ਵਾਲੇ ਜਿਨ੍ਹਾਂ ਨੇ ਮੇਰੀ ਇਸ ਗੱਲ ਨੂੰ ਜਾਂ ਮੇਰੇ ਜਜ਼ਬੇ ਨੂੰ ਇੱਕ ਰਿਸਪੈਕਟ ਦਿੱਤੀ ਮੈਨੂੰ ਚੰਗਾ ਲੱਗਾ ਜਦੋਂ ਮੈਨੂੰ PTC ਮਿਊਜ਼ਿਕ ਅਵਾਰਡ ਮਿਲਿਆ ਸਰ ਉਹ ਐਕਚੁਅਲੀ ਬਾ ਕਮਾਲ ਹੈ ਉਹ ਮੈਨੂੰ ਲੱਗਦਾ ਕਿ ਉਹਨਾਂ ਲਈ ਓਨਰ ਹੋਏਗਾ ਤੁਹਾਨੂੰ ਓਨਰ ਕਰਨਾ ਕਿਉਂਕਿ ਇਹਦੇ 'ਚ ਸ਼ਬਦਾਵਲੀ ਦੇ ਨਾਲ ਜਿਹੜੇ ਫੀਲ ਭਰੀ ਹੋਈ ਹੈ ਨਾ ਉਹ ਬਹੁਤ ਬਹੁਤ ਮਤਲਬ ਦਿਲ ਨੂੰ ਛੂਹਣ ਵਾਲੀ ਹੈ ਸਰ ਜ਼ਿੰਦਗੀ 'ਚ ਫਿਰ ਕੁਛ ਐਵੇਂ ਦੇ ਲੋਕ ਵੀ ਜੁੜੇ ਸੀ ਇਹਨਾਂ ਨੇ ਕਿਹਾ ਹੋਏਗਾ ਵੀ ਇਹਦੇ ਤੋਂ ਤਾਂ ਕੁਛ ਹੋਣਾ ਨਹੀਂ ਜਾਂ ਬਾਅਦ 'ਚ ਫਿਰ ਆ ਕੇ ਉਹਨਾਂ ਨੇ ਕਿਹਾ ਹੋਏ ਕਿ ਸੈਲਫੀ ਜਾਂ ਆਟੋਗ੍ਰਾਫ ਚਾਹੀਦਾ ਕਿਉਂਕਿ ਜੇ ਤੁਹਾਡੇ ਨਾਲ ਇੱਕ ਚੰਗੇ ਇਨਸਾਨ ਜੁੜੇ ਆ ਤਾਂ ਮਾੜੇ ਤਾਂ ਕਿਤੇ ਨਾ ਕਿਤੇ ਹੁੰਦੇ ਆ ਨਾ ਕਿ ਤੁਹਾਡੇ ਤੋਂ ਮੈਂ ਕਦੀ ਵੀ ਕਿਸੇ 'ਤੇ ਸਿੱਧਾ ਕਟਾਕਸ਼ ਨਹੀਂ ਕਰਦਾ ਚਾਹੇ ਮੇਰੇ ਨਾਲ ਕੋਈ ਬੁਰਾ ਵੀ ਕਰ ਜਾਏ ਮੈਂ ਤਾਂ ਗਾ ਕੇ ਗੱਲ ਕਰਦਾ ਮੈਂ ਤੁਹਾਨੂੰ ਗਾ ਕੇ ਦੱਸਣਾ ਜੀ ਹਾਂਜੀ ਇੱਕ ਮੇਰਾ ਗਾਣਾ ਜਿਹੜਾ ਦੁਸ਼ਮਣ ਬਣ ਕੇ ਟੱਕਰੇ ਉਹਦੀ ਲਾਈਨ ਸੁਣਾਉਂਦਾ ਹਾਂਜੀ ਇਹ ਗਾਣਾ ਵੀ ਬਹੁਤ ਹਿੱਟ ਹੋਇਆ ਸੀ ਜੀ ਜੀ ਅਸੀਂ ਹੱਸਦੇ ਜਿਨ੍ਹਾਂ ਨੂੰ ਚੁਭਦੇ ਆਂ ਸੁਖੀ ਵੱਸਦੇ ਜਿਨ੍ਹਾਂ ਨੂੰ ਚੁਭਦੇ ਆਂ ਉਹਨਾਂ ਨੂੰ ਯਾਰੀ ਨਹੀਂ ਆਉਂਦੀ ਉਹਨਾਂ ਨੂੰ ਯਾਰੀ ਨਹੀਂ ਆਉਂਦੀ ਤੇ ਸਾਨੂੰ ਆਉਂਦਾ ਵੈਰ ਨਹੀਂ ਜਿਹੜੇ ਦੁਸ਼ਮਣ ਬਣ ਕੇ ਟੱਕਰੇ ਨੇ ਮੇਰੇ ਸੱਜਣ ਨੇ ਕੋਈ ਗੈਰ ਨਹੀਂ ਜਿਹੜੇ ਦੁਸ਼ਮਣ ਬਣ ਕੇ ਟੱਕਰੇ ਨੇ ਮੇਰੇ ਸੱਜਣ ਨੇ ਕੋਈ
गैर नहीं हो ओ जो पिठ ते छुरियां वजियां ने असी हिक उत्ते भी खा लेंदे वो जान भी मंगदे दे देंदे एक बारी तां अजमा लेंदे कंडिया ते चलना सिख गया कंडिया ते चलना सिख गया हुण दुख दे मेरे पैर नहीं जेड़े दुश्मन बन के टकरे ने मेरे सजन ने कोई गए नहीं ओ सर इन्ने हडल्स दे विच गुजर के भी तुसी अपने आप नूं निखार के तुरे हो हमेशा ਤਾਂ ਉਸ ਤੂੰ ਚੇਤੇ ਆਨੋ ਹਟ ਜਾ ਜਿਹੜੀ ਚੜ੍ਹਾਈ ਵਾਲਾ ਸੌਂਗ ਸੀ ਸਰ ਉਹਦੀਆਂ ਚਾਰ ਲਾਈਨਾਂ ਆਪਾਂ ਜ਼ਰੂਰ ਆਡੀਅੰਸ ਨਾਲ ਸ਼ੇਅਰ ਕਰਾਂਗੇ ਜ਼ਰੂਰ ਚੁੱਪ ਕਰ ਜਾਣੀ ਹੁਣ ਕਾ ਤੋਂ ਰੋਨੀ ਨੀ ਕਿਉਂ ਮੇਰੇ ਹੱਥ ਚੋਂ ਬੋਤਲ ਖੋਨੀ चुप कर जानी हुण का तो रोनी नी क्यों मेरे हाथ चो बोतल खोनी जिनू मूण लाई फिर दे जिनू मूण लाई फिर दे ओनू हथी सट जांगे नी तू चेते आणो हट जा हाय असी पीणो हट जांगे नी तू चेते आणो हट जा नी असी पीणो हट जांगे नी ओ इस गाने ने बहुत मोहब्बत दी और इंग्लैंड अर्गे शहर च इंग्लैंड अर्गे कंट्री च जिते लोग बीट नू बहुत प्रेफर करते हैं उत्थे दे एफएम जिहड़े ने अजे भी इस गाने नू चलाउंदे ने और मैनूं बहुत चंगा लगदा बहुत माण वाली गल है सर ਸਰ ਸਿੱਖਿਆ ਹੋਇਆ ਮਿਊਜ਼ਿਕ ਇਹੀ ਹੁੰਦਾ ਸਿੱਖਿਆ ਹੋਇਆ ਜਿਹੜਾ ਮਿਊਜ਼ਿਕ ਹੈ ਜਿਹੜੇ ਲੋਕਾਂ ਦੇ ਦਿਲਾਂ ਤੱਕ ਪਹੁੰਚਦਾ ਹੈ ਔਰ ਉਹ ਮੈਨੂੰ ਲੱਗਦਾ ਕਿ ਸਦੀਆਂ ਤੱਕ ਰਾਜ ਕਰਦਾ ਬਣਦਾ ਹੈ ਕਨੈਕਸ਼ਨ ਦਿੰਦਾ ਹੈ ਬਿਲਕੁਲ ਸਰ ਕਨੈਕਸ਼ਨ ਦਿੰਦਾ ਆ ਇਹ ਗੱਲ ਜਿਹੜੀ ਤੁਸੀਂ ਬੋਲ ਰਹੇ ਹੋ ਨਾ ਮੈਨੂੰ ਗੁਰਦਾਸ ਭਾਅ ਜੀ ਨੇ ਇੱਕ ਵਾਰੀ ਗੱਲ ਕਹੀ ਸੀ ਕਹਿੰਦਾ ਵੀ ਜਿਹੜਾ ਗਾਣਾ ਰੋਮੀ ਹਤਾਸ਼ ਨਹੀਂ ਹੋਣਾ ਜ਼ਿੰਦਗੀ 'ਚ ਕਦੀ ਜੀ ਜਿਹੜਾ ਗਾਣਾ ਅਸੀਂ ਗਾ ਰਹੇ ਹਾਂ ਜੋ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਲੋਕਾਂ ਨੇ ਸਿਵਿਆਂ ਤੱਕ ਰੋਣਾ ਥੋੜ੍ਹੇ ਹੋ ਸਕਦੇ ਆ ਲੇਕਿਨ ਜਿਹੜੇ ਪਿਆਰ ਕਰਨਗੇ ਉਹ ਫਿਰ ਇੱਥੋਂ ਹੀ ਕਰਨਗੇ ਦਿਲੋਂ ਇਸ ਲਈ ਉਹ ਕਹਿੰਦੇ ਨੀ ਹਮ ਸਫ਼ਰ ਚ ਆਈਏ ਹਜ਼ੂਮ ਨਹੀਂ ਬਸ ਤੁਮ ਹੀ ਕਾਫ਼ਿਲਾ ਹੋ ਮੁਝੇ ਭਾਵੇਂ ਥੋੜ੍ਹੇ ਹੀ ਹੋਣ ਚੱਜਦੇ ਹੋਣ ਨਾਲ ਜੁੜੇ ਦਿਲੋਂ ਪਿਆਰ ਕਰਨ ਵਾਲੇ ਬਹੁਤ ਪਿਆਰ ਬਹੁਤ ਮੁਹੱਬਤ ਅਬਰੋਡ 'ਚ ਵੀ ਅਸੀਂ ਜਾਂਦੇ ਹਾਂ ਅਮੈਰੀਕਾ ਇੰਗਲੈਂਡ ਕੈਨੇਡਾ ਜਿੱਧਰ ਵੀ ਯੂਰਪ ਤੁਹਾਡੇ ਹਾਂਜੀ ਫੋਰਨ ਟੂਰ ਹੁੰਦੇ ਆ ਲੋਕੀ ਬਹੁਤ ਮੁਹੱਬਤ ਬਹੁਤ ਪਿਆਰ ਕਰਦੇ ਆ ਔਰ ਬੜਾ ਚੰਗਾ ਲੱਗਦਾ ਜਦੋਂ ਪਾਰਟਿਕੂਲਰਲੀ ਚੇਤੇ ਆਉਣ ਵਾਲਾ ਗਾਣਾ ਗਾਉਣ ਲਈ ਕਹਿੰਦੇ ਮੈਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਸੌਂਗ ਨੇ ਹੀ ਮਤਲਬ ਮੈਂ ਪਹਿਲੇ ਵੀ ਕਿਹਾ ਕਿ ਚੜ੍ਹਾਈ ਨਾਲ ਇੱਕ ਸ਼ਬਦ ਜੋੜ ਦਿੱਤਾ ਸੀ ਫਸਟ ਆਫ ਆਲ ਤੁਹਾਡਾ ਸੌਂਗ ਟਰੈਵਲ ਕਰਦਾ ਹਾਂਜੀ ਜਦੋਂ ਤੁਹਾਡਾ ਸੌਂਗ ਟਰੈਵਲ ਕਰ ਜਾਂਦਾ ਗਾਣਾ ਟਰੈਵਲ ਕਰ ਜਾਂਦਾ ਫਿਰ ਤੁਹਾਡਾ ਟਰੈਵਲ ਸ਼ੁਰੂ ਹੁੰਦਾ ਕਿਉਂਕਿ ਇੱਕ ਸਿੰਗਰ ਨੇ ਹੀ ਹਾਈਲਾਈਟ ਹੋਣਾ ਹੁੰਦਾ ਮੈਨੂੰ ਲੱਗਦਾ ਕਿ ਲਿਰਿਸਿਸਟ ਬਾਰੇ ਘੱਟ ਲੋਕਾਂ ਨੂੰ ਪਤਾ ਹੁੰਦਾ ਮਿਊਜ਼ਿਕ ਕਿੰਨੇ ਕਿਤੇ ਉਹ ਘੱਟ ਪਤਾ ਹੁੰਦਾ ਪਰ ਜਿਹੜਾ ਇੱਕ ਫੇਸ ਗਾਉਂਦਾ ਅੱਗੇ ਆ ਕੇ ਉਹ ਮੈਨੂੰ ਲੱਗਦਾ ਕਿ ਜਿਹੜੀ ਸਾਰੀ ਮਾਰ ਹੁੰਦੀ ਹੈ ਪਿਆਰ ਹੁੰਦਾ ਉਹ ਜ਼ਿਆਦਾਤਰ ਲੋਕਾਂ ਦਾ ਉਹਨਾਂ ਵਾਸਤੇ ਹੀ ਹੁੰਦਾ ਤਾਂ ਉਹ ਤੁਹਾਨੂੰ ਮੇਰੇ ਤੋਂ ਸ਼ਿਕਾਇਤ ਨਹੀਂ ਮੈਂ ਸ਼ਰਾਬ ਪ੍ਰਮੋਟ ਕਰਦਾ ਕਰਕੇ ਹੋਰ ਆ ਰਿਹਾ ਉਹ ਆ ਰਿਹਾ ਵੀ ਤੇਰੀ ਮੇਰੀ ਇਹ ਹੋਆ ਲੜਾਈ ਚੰਨਾ ਮੇਰੇ ਆ ਤੇਰੀ ਮੇਰੀ ਇਹ ਹੋਆ ਲੜਾਈ ਜਾਂ ਤੂੰ ਛੱਡ ਦੇ ਜਾਣਾ ਠੇਕ ਕੇ ਜਾਂ ਤੂੰ ਛੱਡ ਦੇ ਮੈਨੂੰ ਪੇਕ ਕੇ ਵੀ ਜਿਵੇਂ ਬੋਤਲਾਂ ਤੇ ਬੋਤਲਾਂ ਚੜ੍ਹਾਈ ਵੀ ਤੇਰੀ ਮੇਰੀ ਇਹ ਹੋਆ ਲੜਾਈ ਰੱਬ ਕਰੇ ਮਰ ਜਾਏ ਵਿਚੋਲਾ ਰੱਖਿਆ ਰੋਮੀ ਜਿਹਨੇ ਓਲਾ ਦੁੱਧ ਮੱਖਣਾਂ ਨਾਲ ਪਲੀ ਜਵਾਨੀ ਸੜ ਕੇ ਹੁੰਦੀ ਜਾਂਦੀ ਕੋਲਾ ਸੂਲੀ ਉੱਤੇ ਜਾਣ ਤੋਂ ਚੜ੍ਹਾਈ ਚੰਗਾ ਮੇਰੇ ਮੈਂ ਤਾਂ ਬੈਲੈਂਸ ਪੂਰਾ ਬਣਾਉਣਾ ਜੀ ਪੂਰਾ ਪੂਰਾ ਤੁਸੀਂ ਬੈਲੈਂਸ ਬਣਾ ਕੇ ਚੱਲ ਰਹੇ ਹੋ ਸਰ ਆਪਾਂ ਬੈਲੈਂਸ ਦੀ ਗੱਲ ਕਰ ਰਹੇ ਹਾਂ ਤਾਂ ਅੱਜ ਜੋ ਹੈ ਉਹ ਮਿਊਜ਼ਿਕ ਜਿਹਨੂੰ ਮਤਲਬ ਕਹਿ ਲਓ ਕਿ ਇੱਕ ਸਜਦਾ ਕਰਦੇ ਆ ਲੋਕ ਹੈ ਨਾ ਪਰ ਉਹ ਬੜਾ ਇੰਬੈਲੈਂਸ ਹੋਇਆ ਪਿਆ ਅੱਜ ਕੱਲ੍ਹ ਲੋਕ ਇੱਕ ਦੂਜੇ ਨੂੰ ਤੁਤਕਾਰ ਰਹੇ ਨੇ ਆਪਣੇ ਗੀਤਾਂ ਦੇ ਜ਼ਰੀਏ ਕੰਪੀਟੀਸ਼ਨ ਚੱਲ ਰਿਹਾ ਤੁਹਾਡਾ ਇੱਕ ਗੀਤ ਹਿੱਟ ਹੋ ਗਿਆ ਤੁਸੀਂ ਕਿਸੇ 'ਤੇ ਵਾਰ ਕਰਤਾ ਸਾਹਮਣੇ ਵਾਲਾ ਤੁਹਾਡੇ 'ਤੇ ਗੀਤ ਰਾਹੀਂ ਵਾਰ ਕਰ ਰਿਹਾ ਇਹ ਗੀਤ ਵਾਰ ਹੈ ਨਾ ਜਿਹੜੀ ਚੱਲ ਰਹੀ ਹੈ ਜਦਕਿ ਜਿਹੜੀਆਂ ਸਮਾਜਿਕ ਕੁਰੀਤੀਆਂ ਹੁੰਦੀਆਂ ਨੇ ਸਮਾਜਿਕ ਜਿਹੜੀਆਂ ਅਬਨੋਰਮੈਲਿਟੀਜ਼ ਜਿਹੜੀਆਂ ਹੁੰਦੀਆਂ ਨੇ ਜੀ ਇਹ ਜੇ ਤੁਸੀਂ ਉਹਨਾਂ ਨੂੰ ਕਿਤੇ ਚੱਕੋ ਨਾ ਗੱਲਾਂ 'ਚ ਜੀ ਹੈ ਨਾ ਬੱਬੂ ਭਾਈ ਦਾ ਗਾਣਾ ਸੀ ਜੱਟ ਦੀ ਜੂਨ ਬੁਰੀ ਹੈ ਨਾ ਅਤੇ ਜੱਸੀ ਦਾ ਗਾਣਾ ਸੀ ਬਹੁਤ ਅੱਛਾ ਜੱਟ ਦੀ ਗਿਣਤੀ ਹੋਣੀ ਵਿੱਚ ਨਰੈਕਾਂ ਦੇ ਅੱਜ ਕੱਲ੍ਹ ਦੇ ਗਾਇਕਾਂ ਦੇ ਜੇ ਗਾਣੇ ਇਸ ਤਰ੍ਹਾਂ ਦਾ ਕੁਛ ਸੀ ਗੁਰਪ੍ਰੀਤ ਘੁੱਗੀ ਭਾਈ ਦਾ ਲਿਖਿਆ ਸੀ
ਤਾਂ ਉਹ ਕੁਝ ਗੱਲ ਬਣਦੀ ਆ ਹੈ ਨਾ। ਹਾਂਜੀ ਤੁਸੀਂ ਆਪਦੇ ਪਰਸਨਲ ਜਿਹੜੇ ਝਗੜੇ ਨੇ ਉਹਨਾਂ ਨੂੰ ਤੁਸੀਂ ਲੋਕਾਂ ਦੇ ਮੰਚ ਦੇ ਉਛਾਲ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ, ਸ਼ਾਇਦ ਉਹ ਜ਼ਿਆਦਾ ਬੈਟਰ ਉਹੀ ਦੱਸ ਸਕਦੇ। ਸਰ ਅੱਜ ਜੋ ਹੁਣ ਇੱਕ ਸਟੇਟਸ ਸੰਗੀਤ ਦਾ ਬਣ ਚੁੱਕਿਆ, ਮਤਲਬ ਇਹ ਪੂਜਣ ਵਾਲੀ ਚੀਜ਼ ਹੈ, ਜਿਹੜੇ ਜਿਹੜੇ ਰੂਹਦਾਰੀ ਦੇ ਗੀਤ ਗਾਉਂਦੇ ਆ ਜਾਂ ਰੂਹਦਾਰੀ ਨਾਲ ਇਹਨੂੰ ਪਿਆਰ ਕਰਦੇ ਆ, ਲੇਕਿਨ ਅੱਜ ਦਾ ਜੋ ਸਟੇਟਸ ਹੈ, ਜੇ ਤੁਸੀਂ ਚੜ੍ਹਾਈ ਆਪਣੇ ਦਮ 'ਤੇ ਕਰ ਲਈ ਤਾਂ ਤੁਹਾਨੂੰ ਤੁਹਾਡੀ ਜਾਨ ਤੱਕ ਲੈ ਲਈ ਜਾਂਦੀ ਹੈ। ਰੀਸੈਂਟਲੀ ਇੱਕ ਸਾਡੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ, ਜਿਹਨੂੰ ਤੁਸੀਂ ਵੀ ਮਤਲਬ ਇੱਕ ਸ਼ਰਧਾਂਜਲੀ ਦਿੱਤੀ ਸੀ, ਸ਼ਾਇਦ ਤੁਹਾਡੀਆਂ ਵੀ ਅੱਖਾਂ ਨਮ ਸੀਗੀਆਂ ਉਸ ਸਮੇਂ, ਤਾਂ ਕੀ ਕਹਿਣਾ ਚਾਹੋਗੇ? ਉਹਨੂੰ ਕ੍ਰਿਟੀਸਾਈਜ਼ ਕਰਦਾ ਹੈ, ਤੁਸੀਂ ਕ੍ਰਿਟੀਸਾਈਜ਼ ਕਰਦੇ ਹੋ ਆਲਵੇਜ਼, ਬਟ ਜਿਸ ਤਰੀਕੇ ਉਹਦਾ ਦੇਹਾਂਤ ਹੋਇਆ, ਇੰਤਕਾਲ ਹੋਇਆ, ਉਹ ਮੈਂ ਉਹਦੇ ਮੈਂ ਐਂਟੀ ਹਾਂ। ਤੁਸੀਂ ਕਿਸੇ ਨਾਲ, ਅਸੀਂ ਕਿਹੜਾ ਸਮਾਜ ਸਿਰਜ ਰਹੇ ਹਾਂ ਜੀ? ਤੁਹਾਡੀ ਕਿਸੇ ਗੱਲ ਨਾਲ ਮੈਂ ਸਹਿਮਤ ਹੋ ਸਕਦਾ, ਕਿਸੇ ਨਾਲ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਤੁਹਾਡਾ ਮੇਰਾ ਰਾਈਟ ਆ, ਤੁਹਾਡਾ ਵੀ ਰਾਈਟ ਆ, ਮੇਰੀ ਕਿਸੇ ਗੱਲ ਨਾਲ ਸਹਿਮਤ ਹੋਵੋ ਨਾ ਹੋਵੋ, ਹੈ ਨਾ। ਇਹਦਾ ਮਤਲਬ ਇਹ ਥੋੜ੍ਹੀ ਹੈ ਮੈਂ ਗੋਲੀ ਮਾਰਦਾ ਜਾਂ ਤੁਸੀਂ ਮੈਨੂੰ ਗੋਲੀ ਮਾਰ ਦਿਓ ਚੱਕ ਕੇ। ਗੋਲੀ ਤਾਂ ਮਾਰਤੀ, ਇਹ ਸੋਚਿਆ ਤੁਸੀਂ ਇੱਕ ਨਹੀਂ ਮਾਰਿਆ, ਤੁਸੀਂ ਦੋ ਹੋਰ ਮਾਰਤੇ, ਮਾਂ ਵੀ ਮਾਰਤੀ, ਉਹ ਵੀ ਮਾਰ ਜੀ। ਮਤਲਬ ਮੈਂ ਤਾਂ ਉੱਧਰ ਬੜਾ ਵਿਚਲਿਤ ਜਿਹਾ ਹੋਇਆ ਰਾਤ। ਸਰ ਸੰਗੀਤ ਦਾ ਜਿੱਥੇ ਰੁਤਬਾ ਪੂਜਣ ਵਾਲਾ ਜੀ ਹੈਗਾ ਜੀ ਜੀ, ਪਰ ਅੱਜ ਜੋ ਇੱਕ ਕਲਚਰ ਹੈ, ਕੰਪੀਟੀਸ਼ਨ ਹੈ, ਜਵਾਬ ਵਾਲਾ ਰੁਤਬਾ ਬਣ ਚੁੱਕਿਆ ਹੈ। ਇੱਕ ਨੇ ਗੀਤ ਕਰਿਆ, ਉਹਦੇ ਜਵਾਬ 'ਚ ਉਹਦਾ ਕੋਈ ਐਂਟੀ ਗੀਤ ਕਰ ਰਿਹਾ ਜੀ, ਮਤਲਬ ਉਹ ਗੀਤ ਵਾਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਚੱਲ ਰਹੀ ਹੈ, ਇੰਨੇ ਕੁ ਐਂਟੀ ਹੋ ਚੁੱਕੇ ਹੈ ਕਿ ਸਿਸਟਮ ਇੰਨਾ ਕੁ ਖਰਾਬ ਹੋ ਚੁੱਕਿਆ ਕਿ ਮੈਨੂੰ ਲੱਗਦਾ ਕਿ ਬਹੁਤੇ ਸਿੰਗਰ ਇੱਦਾਂ ਦੇ ਹੋਣਗੇ ਜਿਹੜੇ ਅੱਜ ਡਰ ਦੇ ਸਾਏ 'ਚ, ਬਹੁਤ ਸਾਰੇ ਬੋਡੀ ਗਾਰਡਸ ਦੇ ਨਾਲ, ਜਾਂ ਕਹਿ ਲਓ ਕਿ ਇੱਕ ਡਰ ਭਰੀ ਜ਼ਿੰਦਗੀ 'ਚ ਆਪਣਾ ਜਿਹੜਾ ਜਿਹੜਾ ਸਫ਼ਰ ਹੈ ਉਹ ਤੈਅ ਕਰ ਰਹੇ ਆ, ਜਾਂ ਸੰਗੀਤ ਦਾ ਸਫ਼ਰ ਤੈਅ ਕਰ ਰਹੇ ਆ, ਕਿੱਦਾਂ ਲੈਂਦੇ ਹੋ ਇਸ ਚੀਜ਼ ਨੂੰ? ਕਿੱਕਰ ਬੀਜ ਕੇ ਨਾ ਅੰਬ ਨਹੀਂ ਲੱਗਦੇ ਜੀ, ਹੈ ਨਾ। ਜੇ ਤੁਸੀਂ ਅੰਬ ਬੀਜੋਗੇ ਤਾਂ ਉਹ ਕਿੱਕਰ ਨਹੀਂ ਬਣਨਾ। ਅਤੇ ਇਹ ਜਿਹੜੇ ਡਰ ਨੇ ਜਾਂ ਦਹਿਸ਼ਤ ਆ ਆਰਟਿਸਟਾਂ 'ਚ, ਸ਼ਾਇਦ ਜੇ ਰੱਬ ਝੂਠ ਨਾ ਬੁਲਵਾਵੇ, ਸ਼ਾਇਦ ਇਹਦੇ ਲਈ ਉਹ ਆਪ ਜ਼ਿੰਮੇਦਾਰ ਨੇ, ਕਿਉਂਕਿ ਤੁਸੀਂ ਜੋ ਬੀਜੋਗੇ ਕੱਟੋਗੇ ਤਾਂ ਉਹੀ ਨਾ ਜੀ। ਤਾਂ ਇਹੋ ਜਿਹੀਆਂ ਗੱਲਾਂ ਬਹੁਤ ਜ਼ਿਆਦਾ ਪ੍ਰਮੋਟ ਹੋਈਆਂ ਨੇ, ਔਰ ਇਹ ਗੈਂਗਸ ਟਾਈਪ ਜਿਹੜੇ ਆ ਇਹ ਇਵੇਂ ਕ੍ਰੀਏਟ ਹੋ ਗਏ, ਕਿਸੇ ਨੇ ਕਿਸੇ ਨੂੰ ਪ੍ਰਮੋਟ ਕਰਤਾ, ਕਿਸੇ ਨੇ ਕਿਸੇ ਨੂੰ ਪ੍ਰਮੋਟ ਕਰਤਾ, ਜੋ ਐਲੀਗੇਸ਼ਨ ਅਸੀਂ ਸੁਣਨੇ ਪੈਂਦੇ ਹਾਂਜੀ ਮੀਡੀਆ ਦੇ ਰਾਹੀਂ, ਜੋ ਸਾਨੂੰ ਪਤਾ ਲੱਗਦਾ, ਅਤੇ ਉਹਦਾ ਹੀ ਨਤੀਜਾ। ਤਾਂ ਇਹ ਬੜੀ ਮਾੜੀ ਗੱਲ ਆ, ਕਿਉਂਕਿ ਇਹ 'ਚ ਮਾਰਨ ਵਾਲਾ ਵੀ ਪੰਜਾਬੀ ਆ, ਜਿਹੜਾ ਮਰਦਾ ਉਹ ਵੀ ਪੰਜਾਬੀ, ਉਹ ਵੀ ਪੰਜਾਬੀ, ਫਿਰ ਸਾਡਾ ਹੀ ਹੈ ਨਾ। ਬਿਲਕੁਲ ਸਾਡਾ ਹੀ ਹੈ ਜੀ। ਸਰ ਰੀਸੈਂਟਲੀ ਇੱਕ ਬਹੁਤ ਹੀ ਵੱਡਾ ਇੱਕ ਪੰਜਾਬ ਦੇ ਵਿੱਚ ਕੇਸ ਹੋਇਆ, ਮਤਲਬ ਨਾ ਭੁੱਲਣ ਵਾਲਾ ਜਿਹੜਾ ਘਾਟਾ ਹੁੰਦਾ ਆਪਾਂ ਕਹਿ ਸਕਦੇ, ਮਰਹੂਮ ਜਿਹੜੇ ਗਾਇਕ ਸੀਗੇ ਬੜੇ ਅੱਛੇ ਲਿਰਿਸਿਸਟ ਸੀਗੇ, ਸਿੱਧੂ ਮੂਸੇਵਾਲਾ ਸਾਹਿਬ, ਮੈਂ ਸਾਹਿਬ ਲਾਉਂਗੀ ਕਿਉਂਕਿ ਅੱਜ ਉਹਨਾਂ ਨੂੰ ਦੁਨੀਆ ਭਰ ਦੇ ਵਿੱਚ ਮਤਲਬ ਬੇਇੰਤਹਾ ਪਿਆਰ, ਔਰ ਬੜੇ ਰਿਕਾਰਡ ਉਹਨਾਂ ਨੇ ਆਪਣੇ ਨਾਮ ਕਰੇ ਆਪਣੀ ਮੌਤ ਤੋਂ ਬਾਅਦ ਵੀ। ਬਿਲਕੁਲ ਅਨਹੋਨੀ ਹੋਈ ਪੂਰੇ ਪਰਿਵਾਰ ਦੇ ਨਾਲ, ਸਿਰਫ ਉਹਨਾਂ ਦਾ ਕਸੂਰ ਕੀ ਸੀ ਕਿ ਇਹੀ ਕਸੂਰ ਸੀ ਉਹਨਾਂ ਨੇ ਆਪਣੇ ਮਿਹਨਤ 'ਤੇ, ਆਪਣੇ ਬਲ 'ਤੇ, ਅਗਰ ਤੁਸੀਂ ਕੁਛ ਬਣੇ ਹੋ ਤਾਂ ਮੈਨੂੰ ਲੱਗਦਾ ਹੈ ਜਾਂ ਐਟੀਟਿਊਡ ਹੈ ਤਾਂ ਉਹ ਜਾਇਜ਼ ਹੁੰਦਾ, ਕਿਉਂਕਿ ਉਹ ਆਪਣਾ ਹੁੰਦਾ ਕਿ ਮੇਰਾ ਹੈ ਜੋ ਵੀ ਹੈ। ਤਾਂ ਉਹਨਾਂ ਦੀ ਮੌਤ 'ਤੇ ਸ਼ਾਇਦ ਤੁਸੀਂ ਉਹਨਾਂ ਨੂੰ ਕ੍ਰਿਟੀਸਾਈਜ਼ ਵੀ ਪਹਿਲੇ ਬਹੁਤ ਕਰਦੇ ਸੀ, ਮੈਂ ਬਿਲਕੁਲ ਕਰਦਾ, ਬਿਲਕੁਲ ਕਰਦੇ ਸੀਗੇ, ਹੈ ਨਾ, ਕਿਉਂਕਿ ਉਹਨਾਂ ਦੇ ਜਿਹੜਾ ਕਲਚਰ ਸੀ ਥੋੜ੍ਹਾ ਜਿਹਾ ਹਟ ਕੇ ਸੀਗਾ ਜੀ। ਔਰ ਪਰ ਉਹਨਾਂ ਦੀ ਜਿਹੜੀ ਮੌਤ ਤੋਂ ਬਾਅਦ ਤੁਸੀਂ ਉਹਨਾਂ ਲਈ ਆਪਣੀਆਂ ਅੱਖਾਂ ਵੀ ਨਮ ਕੀਤੀਆਂ। ਮੈਂ ਉਹਨਾਂ ਦਾ ਜਦੋਂ ਗਾਣਾ ਉਹ ਆਇਆ 295, ਮੈਂ ਉਹਨੂੰ ਅਪਰੀਸ਼ੀਏਟ ਵੀ ਕੀਤਾ, ਉਹਨੂੰ ਐਪਰੀਸ਼ੀਏਟ ਵੀ ਕੀਤਾ, ਜਿਹੜਾ ਮੇਰੇ ਜਿਹੜਾ ਐਕਚੁਅਲੀ ਹਰ ਬੰਦੇ ਦਾ ਆਪਣਾ ਟੇਸਟ ਆ, ਜਿਹੜਾ ਮੈਨੂੰ ਲੱਗਦਾ ਨਹੀਂ ਯਾਰ ਇਹ ਕੋਈ ਠੀਕ ਨਹੀਂ ਹੈ ਗੱਲ, ਹੈ ਨਾ, ਉਹ ਮੇਰਾ ਹੱਕ ਹੈ, ਇਹੀ ਹੱਕ ਸਿੱਧੂ ਦਾ ਵੀ ਸੀ, ਬਿਲਕੁਲ ਸਿੱਧੂ ਦਾ ਵੀ ਇਹੀ ਹੱਕ ਸੀ ਆਪਣੀ ਗੱਲ ਰੱਖਣ ਦਾ, ਆਪਣੀ ਕਰਨ ਦਾ। ਤੁਸੀਂ ਉਹਦੀ ਗੱਲ ਨਾਲ ਸਹਿਮਤ ਹੋ ਸਕਦੇ ਹੋ, ਅਸਹਿਮਤ ਹੋ ਸਕਦੇ ਹੋ ਜੀ, ਉਹਨੂੰ ਤੁਸੀਂ ਸ਼ੂਟ ਕਰਨਾ, ਉਹਨੂੰ ਗੋਲੀ ਮਾਰਨਾ, ਤੁਸੀਂ ਇੱਕ ਨਹੀਂ ਮਾਰਿਆ, ਤੁਸੀਂ ਤਿੰਨ ਮਾਰੇ, ਉਹਦੀ ਮਾਂ ਵੀ ਮਾਰਤੀ, ਉਹਦਾ ਪਿਓ ਵੀ ਮਾਰਤਾ, ਬਿਲਕੁਲ। ਉਹ ਮਾਂ ਪਿਓ ਤਾਂ ਉੱਧਰ ਨਹੀਂ ਮਰ ਜਾਂਦੇ ਜਿਹਨਾਂ ਨੂੰ ਆਪਣੇ ਬੱਚੇ ਦਾ ਜਨਾਜ਼ਾ ਮੋਢੇ 'ਤੇ ਚੱਕਣਾ ਪੈ ਜਾਵੇ, ਉਹ ਕਿੱਥੇ ਜਿਉਂਦੇ ਆ? ਬਿਲਕੁਲ ਸਰ, ਇਹ ਬਹੁਤ ਨਜਾਇਜ਼ ਹੋਇਆ, ਬਹੁਤ ਗਲਤ ਹੋਇਆ, ਔਰ ਬਿਲਕੁਲ ਫੁੱਲੀ ਤੌਰ 'ਤੇ ਕੰਡੈਮ ਕਰਨਾ ਕਿ ਇਹੋ ਜਿਹੀਆਂ ਵਾਰਦਾਤਾਂ, ਜਿਹੜਾ ਲਾ ਆ ਸਾਡਾ, ਜਿਹੜਾ ਕਾਨੂੰਨ ਆ ਸਾਡਾ, ਉਹਨੂੰ ਵੀ ਸਟ੍ਰਿਕਟਲੀ ਜਿਹੜਾ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨ ਦੀ ਲੋੜ ਹੈ, ਇਹਨਾਂ ਨੂੰ ਚੀਜ਼ਾਂ ਨੂੰ ਦੱਬਣ ਦੀ ਲੋੜ ਆ, ਇਹਨਾਂ ਚੀਜ਼ਾਂ 'ਤੇ ਸਖਤ ਐਕਸ਼ਨ ਦੀ ਲੋੜ ਆ, ਤਾਂ ਕਿ ਇਨ ਫਿਊਚਰ ਕੋਈ ਇਹੋ ਜਿਹਾ ਕਾਂਡ ਨਾ ਹੋਵੇ, ਕਿਸੇ ਦਾ ਬੱਚਾ ਨਾ ਵਿਛੜੇ, ਕਿਸੇ ਦਾ ਭਰਾ ਨਾ ਵਿਛੜੇ, ਕਿਸੇ ਦੀ ਗੋਦ ਨਾ ਸੁਣੀ ਹੋਵੇ। ਸਰ ਜਿਹੜਾ ਉਹ ਕਾਂਡ ਹੋਇਆ ਉਹਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ, ਬਿਲਕੁਲ। ਅੱਜ ਵੀ ਜਿਹੜੇ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਹਨਾਂ ਨੂੰ ਰੋ ਰਹੇ ਹੈ, ਉਹਨਾਂ ਦੇ ਅਗੇਂਸਟ ਬਹੁਤ ਲੋਕ ਖੜੇ
ਜਿਨ੍ਹਾਂ ਨੇ ਕਿਹਾ ਕਿ ਇਹ ਸਹੀ ਹੈ ਜਾਂ ਕੁਛ ਵੀ ਹੈ। ਹੁਣ ਜਿਨ੍ਹਾਂ ਨੇ ਉਹਨਾਂ 'ਤੇ ਹਮਲਾ ਕੀਤਾ, ਓਪੋਜੀਸ਼ਨ 'ਚ ਦੂਜਿਆਂ 'ਤੇ ਹਮਲਾ ਕਰ ਰਹੇ ਹੈ, ਮਤਲਬ ਇੱਕ ਜਿਹੜਾ ਡਰ ਦਾ ਮਾਹੌਲ। ਤੁਹਾਨੂੰ ਲੱਗਦਾ ਹੈ ਕਿ ਜਿਹੜਾ ਗਾਇਕ ਹੈ, ਜਿਹੜਾ ਅੱਜ ਦਾ ਆਰਟਿਸਟ ਹੈ, ਉਹ ਕਿਤੇ ਨਾ ਕਿਤੇ ਆਪਣੀ ਪਾਪੂਲਰਿਟੀ ਦੇ ਜੋਸ਼ 'ਚ ਜਾਂ ਪਾਪੂਲਰਿਟੀ ਪਾਉਣ ਦੇ ਜੋਸ਼ 'ਚ ਉਹ ਇਹਨਾਂ ਗੈਂਗਸਟਰਾਂ ਨਾਲ ਜੁੜ ਰਿਹਾ ਹੈ, ਜਾਂ ਆਪਣੀ ਆਪ ਨੂੰ ਵਧਾਉਣ ਦੇ ਜਿਹੜੀ ਉਹਨਾਂ ਦੇ ਵਿੱਚ ਹੋੜ ਲੱਗੀ ਹੋਈ ਹੈ ਕਿ ਗੈਂਗਸਟਰਾਂ ਨਾਲ ਜੁੜਾਂਗੇ ਤਾਂ ਅਸੀਂ ਅੱਗੇ ਵੱਧ ਪਾਵਾਂਗੇ। ਮੈਨੂੰ ਨਹੀਂ ਲੱਗਦਾ, ਇਹ ਤਾਂ ਆਪਸੀ ਹੈ ਨਾ ਦਾ ਸਾਰਾ ਸਿਸਟਮ ਹੈ ਨਾ। ਕਈ ਵਾਰ ਪਲੈਨਿੰਗ ਵੀ ਹੁੰਦੀ ਹੈ, ਅੱਜ ਕੱਲ੍ਹ ਜਨਰੇਸ਼ਨ ਬਹੁਤ ਦਿਮਾਗ ਲਾਉਂਦੀ ਹੈ, ਕਈ ਵਾਰ ਪਲੈਨਿੰਗ ਵੀ ਨਿਕਲਦੀ ਹੈ ਇਹਨਾਂ ਗੱਲਾਂ ਦੀ। ਤਾਂ ਮੈਂ ਨਹੀਂ ਸਮਝਦਾ ਕਿ ਸਰਤਾਜ ਭਾਅ ਜੀ ਨੂੰ ਕੋਈ ਫੋਨ ਆ ਗਿਆ ਹੋਏਗਾ ਜਾਂ ਕਨਵਰ ਗਰੇਵਾਲ ਨੂੰ ਫੋਨ ਆ ਗਿਆ ਹੋਏਗਾ ਵੀ ਤੈਨੂੰ ਮਾਰ ਦਿਆਂਗੇ, ਤੈਨੂੰ ਇਹ ਕਰ ਦਿਆਂਗੇ, ਤੈਨੂੰ ਉਹ ਕਰ ਦਿਆਂਗੇ। ਮੈਨੂੰ ਲੱਗਦਾ ਨਹੀਂ, ਕਿਉਂਕਿ ਇਹ ਇੱਕ ਕੁਝ ਜਿਹੜੇ ਸਾਡੇ ਯੰਗਸਟਰ ਨੇ ਜਿਹਨਾਂ ਨੇ ਇੱਕ ਆਪਣਾ ਰਸਤਾ ਅਡੋਪਟ ਕੀਤਾ ਕਿ ਇਵੇਂ ਦਾ ਗਾਣਾ ਗਾਣਾ ਜਾਂ ਇਵੇਂ ਦਾ ਕਰਨਾ, ਉਹ ਕਰ ਰਿਹਾ। ਅਦਰਵਾਈਜ਼ ਕੋਈ ਐਡਾ ਨਹੀਂ, ਪੰਜਾਬ ਐਡਾ ਨਹੀਂ ਕੁਝ ਵੀ ਹੋਇਆ ਕਿ ਸਾਰਾ ਹਾਲਾਤ ਹੀ ਵਿਗੜ ਗਏ। ਠੀਕ ਹੈ, ਸਰਕਾਰ ਨਵੀਂ ਬਣੀ ਹੈ ਅਜੇ, ਅਤੇ ਮੇਰੇ ਖਿਆਲ 'ਚ ਵੇਟ ਕਰਨੀ ਚਾਹੀਦੀ ਹੈ। ਉਹ ਜ਼ਰੂਰ ਠੱਲ ਪਾਉਣਗੇ, ਜ਼ਰੂਰ ਨੱਥ ਪਾਉਣਗੇ, ਔਰ ਪਾਉਣੀ ਚਾਹੀਦੀ ਹੈ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ 'ਚ ਸਾਡੀ ਪੰਜਾਬ ਅਤੇ ਪੰਜਾਬੀਅਤ ਦਾ ਘਾਣ ਹੋ ਰਿਹਾ। ਮੈਂ ਪਹਿਲੀ ਗੱਲ ਕਹੀ ਵੀ ਮਾਰਨ ਵਾਲਾ ਵੀ ਪੰਜਾਬੀ ਅਤੇ ਮਰਨ ਵਾਲਾ ਪੰਜਾਬੀ, ਨੁਕਸਾਨ ਕਿਹਦਾ? ਮੇਰੇ ਪੰਜਾਬ ਦਾ, ਸਾਡੇ ਪੰਜਾਬ ਦਾ, ਸਾਡਾ ਨੁਕਸਾਨ। ਅਤੇ ਸੋ ਮੈਂ ਤਾਂ ਇਹੀ ਬੇਨਤੀ ਕਰੂੰਗਾ, ਆਪਦੀ ਮਿਹਨਤ ਕਰੋ, ਆਪਦਾ ਗਾਣਾ ਗਾਓ, ਆਪਦਾ ਨਾ ਚਮਕਾਓ, ਬਟ ਇਹ ਜਿਹੜੇ ਗੈਂਗਵਾਰਾਂ ਜੀ ਇਹਨਾਂ 'ਚੋਂ ਨਿਕਲ ਪਓ ਯਾਰ, ਇਹ 'ਚ ਕੁਛ ਨਹੀਂ ਮਿਲਦਾ ਜੀ, ਹੈ ਨਾ ਸਰ। ਜਿਹੜੇ ਹੁਣ ਆਪਾਂ ਸਰਕਾਰ ਬਦਲਣ ਦੀ ਗੱਲ ਕਰ ਰਹੇ ਹਾਂ, ਜਿਹੜੇ ਸਰਕਾਰ ਦੇ ਹੁਣ ਮੋਢੀ ਨੇ ਜੀ, ਆਪਣੇ ਮੁੱਖ ਮੰਤਰੀ ਸਾਹਿਬ ਨੇ, ਉਹ ਵੀ ਭਗਵੰਤ ਮਾਨ ਸਾਹਿਬ, ਉਹ ਵੀ ਇੱਕ ਆਰਟਿਸਟ ਰਹੇ ਨੇ ਜੀ, ਹੈ ਨਾ, ਆਪਾਂ ਹੁਣ ਰਹੇ ਕਹਾਂਗੇ ਕਿਉਂਕਿ ਹੁਣ ਉਹ ਫਿਲਹਾਲ ਤਾਂ ਪੋਲੀਟੀਸ਼ੀਅਨ ਨੇ। ਔਰ ਉਹਨਾਂ ਨਾਲ ਕਦੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਇਹ ਹੁਣ ਆਰਟਿਸਟ ਨਾਲ ਹੋ ਰਿਹਾ, ਕਿਉਂਕਿ ਇੰਨਾ ਵੱਡਾ ਕਾਂਡ ਹੋ ਜਾਣਾ, ਜਾਂ ਪੰਜਾਬ ਦੇ ਵਿੱਚ ਇੱਕ ਦੋ ਹੋਰ ਇਹੋ ਜਿਹੀਆਂ, ਮਤਲਬ ਉਹਨਾਂ ਨੂੰ ਮਾਰਿਆ ਗਿਆ, ਕਿ ਕਦੀ ਜਿਹੜੇ ਆਰਟਿਸਟ ਦਾ ਤੁਹਾਡਾ, ਮਤਲਬ ਮੈਂ ਕਹੂੰਗੀ ਚੇਨ ਹੈ ਜਾਂ ਕੁਛ ਹੈ, ਤੁਸੀਂ ਕਦੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਅਪਰੋਚ ਕਰਨ ਦੀ, ਕਿ ਆਰਟਿਸਟ ਨੂੰ ਸੇਫ ਕੀਤਾ ਜਾਏ, ਜਿਹੜੀਆਂ ਅੱਜ ਦੇ ਹਾਲਾਤਾਂ 'ਚੋਂ ਅੱਜ ਇਹ ਕਲਾਕਾਰ ਆ, ਗਾਇਕ ਹੈ, ਗੀਤਕਾਰ ਹੈ, ਮਿਊਜ਼ਿਕ ਡਾਇਰੈਕਟਰ ਹੈ, ਕੋਈ ਵੀ ਹੈ ਗੁਜ਼ਰ ਰਿਹਾ ਹੈ, ਕਦੇ ਉਹਨਾਂ ਨਾਲ ਅਪਰੋਚ ਕਰਨ ਦੀ ਗੱਲ ਕਰੀ ਹੋਏ? ਕਿਉਂਕਿ ਉਹ ਐਜ਼ ਐਨ ਆਰਟਿਸਟ, ਉਹ ਮੈਨੂੰ ਲੱਗਦਾ ਕਿ ਸਮਝਣਗੇ। ਭਗਵੰਤ ਜੀ ਜ਼ਮੀਨ ਦੇ ਨਾਲ ਬੜੇ ਜੁੜੇ ਰਹੇ ਨੇ, ਔਰ ਪਿੰਡਾਂ 'ਚੋਂ ਨਿਕਲ ਕੇ ਆਇਆ ਬਾਹਰ, ਉਹ ਬੰਦਾ ਬੜਾ ਹਾਰਡ ਵਰਕ ਉਹਨੇ ਕੀਤਾ। ਹਾਂਜੀ, ਆਪਦੀ ਲਾਈਫ 'ਚ ਜਦੋਂ ਉਹ ਕਾਮੇਡੀ ਵੀ ਕਰਦੇ ਸੀ ਤਦ ਵੀ ਬੜੀ ਸ਼ਿੱਦਤ ਨਾਲ ਉਹਨਾਂ ਨੇ ਕੀਤਾ, ਰਾਜ ਦੀ ਕੀਤੀ ਤਾਂ ਉਹ ਵੀ ਬੜੀ ਸ਼ਿੱਦਤ ਨਾਲ ਕਰਦੇ। ਲੇਕਿਨ ਜਦੋਂ ਬੰਦੇ ਦਾ ਰੁਤਬਾ ਹੋ ਜਾਂਦਾ, ਜਿਹੜਾ ਉਹਦਾ ਸਰਾਊਂਡਿੰਗ ਹੁੰਦੀ ਆ, ਆਲਾ ਦੁਆਲਾ ਹੁੰਦੀ ਆ, ਇਹ ਨਾ ਸੋਚੋ ਵੀ ਇਹ ਕੋਈ ਪਹਿਲੀਆਂ ਸਰਕਾਰਾਂ ਵਰਗਾ ਨਹੀਂ ਹੈ ਜੀ। ਉਹਨਾਂ ਦੀ ਲਿਵਿੰਗ ਜੀ, ਉਹਨਾਂ ਦਾ ਰਹਿਣਾ, ਉਹਨਾਂ ਦਾ ਉੱਠਣਾ, ਉਹਨਾਂ ਦਾ ਬਹਿਣਾ, ਫਿਰ ਬੜੀ ਈਜ਼ੀਲੀ ਅਪਰੋਚ ਉਹਨਾਂ ਕੋਲ ਤੁਸੀਂ ਜਾ ਕੇ ਮਿਲ ਸਕਦੇ ਹੋ। ਇਹ ਸਿਰਫ ਸਟੇਜ ਦੀਆਂ ਗੱਲਾਂ ਹੁੰਦੀਆਂ, ਸਿਰਫ ਇਲੈਕਸ਼ਨ ਦੀਆਂ ਗੱਲਾਂ ਹੁੰਦੀਆਂ ਨੇ। ਮੇਰੇ ਦੋਸਤ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਨੇ ਬਹੁਤ ਵਾਰ ਟਰਾਈ ਕੀਤੀ, ਔਰ ਉਹ ਦੋਨੋਂ ਇਕੱਠੇ ਹੀ ਰਹਿੰਦੇ ਸੀ ਜੀ, ਇਕੱਠੇ ਹੀ ਰਹਿੰਦੇ ਸੀ ਉਹ, ਹੈ ਨਾ, ਅਤੇ ਬੜੇ ਟੂਰ ਵੀ ਉਹਨਾਂ ਨੇ ਇਕੱਠੇ ਕੀਤੇ। ਉਹ ਮੈਂ ਉਹਨੂੰ ਕਿਹਾ ਭਗਵੰਤ ਭਾਈ ਦਾ ਕੀ ਹਾਲ ਹੈ, ਉਹ ਮੈਨੂੰ ਕਹਿੰਦਾ ਭਾਅ ਜੀ ਸੁਨੇਹਾ ਦੇ ਕੇ ਆ ਜਾਂਦੇ ਉੱਥੇ, ਕਹਿੰਦਾ ਕੋਈ ਫੋਨ ਨਹੀਂ ਆਉਂਦਾ, ਕੋਈ ਮੈਸੇਜ ਨਹੀਂ ਆਉਂਦਾ। ਤਾਂ ਸੋ ਬਿਜ਼ੀ ਵੀ ਹੁੰਦਾ ਬੰਦਾ ਜੀ, ਅਤੇ ਇਹਨੂੰ ਮਾਇੰਡ ਵੀ ਨਹੀਂ ਕਰਨਾ ਚਾਹੀਦਾ, ਪਰ ਇਹ ਨਹੀਂ ਹੈ ਕਿ ਹੁਣ ਤਾਂ ਅਸੀਂ ਤਾਂ ਮੀਡੀਆ 'ਚ ਹੀ ਬੋਲਦੇ ਹਾਂ, ਆਪਦਾ ਜਿਹੜੀ ਗੱਲ ਬੋਲਦੇ ਹਾਂ, ਆਪਣਾ ਗਾਣਾ ਗਾ ਕੇ ਬੋਲਤਾ, ਕੰਮ ਕੀ ਬੰਦੂਕਾਂ ਨਾਲ ਕਲਾਕਾਰ ਦਾ, ਹੈ ਨਾ। ਜੇ ਸੁਣਿਆ, ਅਟੈਕ ਵੀ ਕੀਤਾ ਸੀਐਮ ਸਾਹਿਬ ਨੂੰ, ਜੇ ਸੁਣਿਆ ਤਾਂ ਗੁੱਡ, ਨਹੀਂ ਸੁਣਿਆ ਪਰ ਬੜੀ ਲੇਟ। ਮੈਂ ਮਾਰਚ 13 ਅਪ੍ਰੈਲ ਨੂੰ ਇਹ ਗਾਣਾ ਗਾਇਆ ਸੀ, ਮਤਲਬ ਰਿਲੀਜ਼ ਕੀਤਾ ਸੀ ਜੀ, ਅਤੇ ਇਹ ਆਪਣੇ ਇਹ ਵਾਲਾ ਜਿਹੜਾ ਕਾਂਡ ਹੋਇਆ ਇਹ ਬਾਅਦ 'ਚ ਹੋਇਆ, ਉਹਨਾਂ ਦੇ ਮੇਰੇ ਗਾਣੇ ਤੋਂ ਬਾਅਦ ਹੋਇਆ। ਮੈਂ ਮੇਰੇ ਹਿਸਾਬ ਨਾਲ ਤਾਂ ਜਦੋਂ ਇਹ ਗੱਲ ਅਸੀਂ ਗਾਈ ਸੀ ਤਾਂ ਉਹਨਾਂ ਨੂੰ ਉਦੋਂ ਹੀ ਕੁਛ ਕਰਨਾ ਚਾਹੀਦਾ ਸੀ ਇਹਨਾਂ ਦੇ ਬਾਰੇ, ਪਰ ਚਲੋ ਮੈਂ ਫਿਰ ਕਹਿੰਦਾ ਦੇਰ ਹੈ ਦਰੁਸਤ ਹੈ, ਅਤੇ ਇਹ ਹੁਣ ਰੋਕ ਰਹੇ ਆ ਇਹਨਾਂ ਚੀਜ਼ਾਂ ਨੂੰ, ਔਰ ਰੋਕਣਾ ਚਾਹੀਦਾ। ਔਰ ਬੜੇ ਅੱਛੇ ਅੱਛੇ ਗਾਣੇ ਨੇ ਜਿਹੜੇ ਜਿਹਨਾਂ 'ਤੇ ਲੋਕ ਡਾਂਸ ਕਰਦੇ ਨੇ ਵਿਆਹਾਂ ਸ਼ਾਦੀਆਂ 'ਚ ਜੀ। ਇੱਕ ਗਾਣਾ ਮੈਨੂੰ ਬੜਾ ਵਧੀਆ ਲੱਗਦਾ, ਮਨਕੀਰਤ ਔਲਖ ਨੇ ਗਾਇਆ, ਅਤੇ ਉਹ ਚੂੜੇ ਵਾਲੀ ਬਾਂਹ ਤੇਰੇ ਮੋਢੇ ਰੱਖ ਕੇ ਦਿਲ ਫੋਟੋਆਂ ਖਿਚਾਉਣ ਨੂੰ ਕਰੇ, ਹੈ ਨਾ, ਵਧੀਆ ਗੱਲਾਂ। ਠੀਕ ਆ ਨਾ, ਵਾਇਲੈਂਸ ਵੀ ਗਾਇਆ ਜੀ, ਉਹ ਮੈਨੂੰ ਨਹੀਂ ਪਸੰਦ, ਮੈਂ ਉਹ ਨਹੀਂ ਸੁਣਦਾ, ਹੈ ਨਾ। ਜਿਹੜਾ ਚੰਗਾ ਲੱਗਦਾ ਤਾਂ ਮੈਂ ਉਹ ਤਾਂ ਉਹਨੂੰ ਐਪਰੀਸ਼ੀਏਟ ਕਰੂੰਗਾ ਨਾ। ਮੈਨੂੰ ਕੁਝ ਗੱਲਾਂ ਜੇ ਨਹੀਂ ਸਿੱਧੂ ਸਾਹਿਬ ਦੀਆਂ ਪਸੰਦ ਆਈਆਂ, ਸਿੱਧੂ ਜੀ ਦੀਆਂ, ਹੈ ਨਾ, ਉਹ ਸਾਹਿਬ ਮੈਂ ਇਸ ਲਈ ਬੋਲ ਰਿਹਾ ਕਿ ਉਹਨੇ ਬਹੁਤ, ਵਾਕਈ ਉਹਨੇ ਬਹੁਤ ਵੱਡਾ, ਉਸ ਸਪੀਸ਼ੀ ਜਿਹੜੀ ਆ ਇੰਟਰਨੈਸ਼ਨਲ ਲੈਵਲ 'ਤੇ ਉਹਨੇ ਆਪਣਾ ਨਾਮ ਬਣਾਇਆ। ਬਿਲਕੁਲ, ਉਹ ਨਾਂ ਸਾਡੇ ਪੰਜਾਬ ਦਾ ਬਣਿਆ, ਬਿਲਕੁਲ, ਉਹ ਸਿੱਧੂ ਦਾ ਨਾਂ ਨਹੀਂ, ਸਾਡੇ ਪੰਜਾਬ, ਸਾਡੀ ਜ਼ੁਬਾਨ ਨੂੰ ਉਚਾਈ ਦਿੱਤੀ ਉਹਨੇ।
ਗੋਰੇ ਸਟੇਜ ਤੇ ਮੈਂ ਰੋਂਦੇ ਦੇਖੇ ਆ ਉਹਦੇ ਗਾਣੇ ਬਿਲਕੁਲ ਜੀ ਹੈ ਨਾ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਚੰਗੀਆਂ ਗੱਲਾਂ ਵੀ ਪ੍ਰਮੋਟ ਕਰੋ, ਜੇ ਕੋਈ ਮਾੜੀ ਗੱਲ ਹੁੰਦੀ ਹੈ ਚਾਹੇ ਮੈਂ ਕਰਾਂ ਕੋਈ ਵੀ ਕਰੇ ਉਹਨੂੰ ਕੰਡੈਮ ਵੀ ਜ਼ਰੂਰ ਕਰਨਾ, ਸਾਡੀ ਸੋਸਾਇਟੀ ਦਾ ਸਾਡਾ ਸਾਰਿਆਂ ਦਾ ਅਖਲਾਕੀ ਫਰਜ਼ ਬਣਦਾ। ਇਹਦੇ ਲਈ ਕੋਈ ਗੱਲ ਨਹੀਂ, ਕੋਈ ਮਾਇੰਡ ਕਰਦਾ ਉਹ ਕਰੇ ਉਹਦਾ ਹੱਕ ਹੈ, ਪਰ ਸਾਨੂੰ ਉਸ ਗੱਲ ਨੂੰ ਜਿਹੜੀ ਚੰਗੀ ਹੈ ਉਹਨੂੰ ਸਪੋਰਟ ਕਰੋ ਹੈ ਨਾ, ਅਤੇ ਜਿਹੜੀ ਨਹੀਂ ਠੀਕ ਉਹਨੂੰ ਜ਼ਰੂਰ ਜ਼ਰੂਰ ਜਿਹੜੀ ਜਿਹੜੀ ਸਾਡੇ ਦਰਸ਼ਕ ਨੇ ਅੱਜ ਸਤਰੰਗ ਫੋਕ ਸਟੂਡੀਓ ਜਿਹੜਾ ਉਹ ਜਿੰਨੇ ਵੀ ਦੇਖ ਰਹੇ ਨੇ ਉਹ ਜ਼ਰੂਰ ਉਹਨੂੰ ਜਿਹੜੀ ਵਧੀਆ ਗੱਲ ਆ ਉਹਨੂੰ ਐਪਰੀਸ਼ੀਏਟ ਕਰੋ, ਜਿਹੜੀ ਤੁਹਾਡੀ ਆਪਣੀ ਵੀ ਡਿਊਟੀ ਆ। ਤੁਸੀਂ ਜੋ ਨਚਾਉਂ ਜੋ ਤੁਸੀਂ ਆਰਟਿਸਟ ਨੂੰ ਕਹਿੰਦੇ ਆਰਟਿਸਟ ਉਹੀ ਕਰਦਾ, ਬਾਅਦ 'ਚ ਐਵੇਂ ਫਿਰ ਗਾਲਾਂ ਕੱਢੀ ਜਾਣੀਆਂ ਆਰਟਿਸਟਾਂ ਨੂੰ, ਇਹ ਨਹੀਂ ਠੀਕ ਉਹ ਨਹੀਂ ਠੀਕ, ਮੈਂ ਵੀ ਬੋਲੀ ਜਾਵਾਂ ਉਹ ਨਹੀਂ ਠੀਕ ਨਾ, ਉਹਨਾਂ ਨੇ ਵਿਚਾਰਿਆਂ ਨੇ ਉਹੀ ਕੀਤਾ ਜੋ ਤੁਸੀਂ। ਆਰਟਿਸਟ ਦਾ ਖੁਦ ਦਾ ਕੋਈ ਸਟੈਂਡ ਨਹੀਂ, ਦੇਖੋ ਮੈਂ ਕਰਦਾ ਨੌਕਰੀ ਮੈਨੂੰ ਤੁਹਾਡੀ ਗੱਲ ਤੋਂ ਮੈਨੂੰ ਉੱਥੋਂ ਮਿਲਦਾ 1,65,000 ਰੁਪਇਆ, ਜੇ ਮੈਂ ਨਾ ਵੀ ਪ੍ਰੋਗਰਾਮ ਕਰਾਂ ਹੈ ਨਾ ਤਾਂ ਮੇਰੇ ਤਾਂ ਬੱਚੇ ਜਾਣੇ ਫਲ, ਹੋ ਸਕਦਾ ਕਿਸੇ ਦੀ ਰੋਟੀ ਰੋਜ਼ੀ ਰੋਟੀ ਦੀ ਮਜਬੂਰੀ ਵੀ ਹੋ ਸਕਦੀ ਜੀ, ਅਤੇ ਉਹਨੇ ਤਾਂ ਉਹੀ ਵੇਚਣਾ ਨਾ ਜਿਹੜਾ ਤੁਸੀਂ, ਉਹੀ ਖਰੀਦੇਗਾ ਜਿਹੜਾ ਤੁਸੀਂ ਖਰੀਦੋਗੇ ਜੀ, ਉਹ ਫਿਰ ਉਹਦੀ ਡਿਸਪਲੇ ਵੀ ਜ਼ਿਆਦਾ ਕਰਦਾ। ਮੈਂ ਪਹਿਲਾਂ ਐਗਜ਼ਾਮਪਲ ਦਿੱਤੀ ਵੀ ਦੁਕਾਨਦਾਰ ਜਿਹੜਾ ਉਹਦਾ ਡਿਜ਼ਾਇਨ ਜ਼ਿਆਦਾ ਵਿਕ ਰਿਹਾ ਹੁੰਦਾ ਉਹਨੂੰ ਸਭ ਵਧੀਆ ਜਿਹੇ ਸਟੈਚੂ 'ਚ ਪਾ ਕੇ ਰੱਖਦਾ, ਪਰ ਹੁਣ ਅਸਲਾ ਜ਼ਿਆਦਾ ਵਿਕ ਰਿਹਾ ਅਤੇ ਉਹ ਫਿਰ ਅਸਲਾ ਪ੍ਰਮੋਟ ਕਰਦੇ ਅਗਲੇ। ਸਰ ਉਹਨਾਂ ਦੀ ਡੈਥ ਤੋਂ ਬਾਅਦ ਬਹੁਤ ਸਾਰੇ ਇਹੋ ਜਿਹੇ ਕਲਾਕਾਰ ਨੇ ਜਿਹੜੇ ਅੱਜ ਵੀ ਸਟੇਜ 'ਤੇ ਥਾਪੀ ਦੇ ਨਾਲ ਉਹਨਾਂ ਦੇ ਗੀਤ ਤੋਂ ਸ਼ੁਰੂਆਤ ਕਰਦੇ ਨੇ, ਬਟ ਫਿਜ਼ੀਕਲੀ ਉਹਨਾਂ ਦੇ ਨਾਂ ਉਹਨਾਂ ਦੇ ਲਈ ਇੱਕ ਕਹਿ ਲਓ ਕਿ ਕੋਈ ਖੜ ਕੇ ਅੱਗੇ ਨਹੀਂ ਆਇਆ, ਕਿਸੇ ਨੇ ਇੱਕ ਕਦਮ ਨਹੀਂ ਲਿਆ ਕਿ ਚਲੋ ਅਸੀਂ ਪੂਰੀ ਕਮਿਊਨਿਟੀ ਅੱਗੇ ਆ ਕੇ ਉਹਨਾਂ ਦੇ ਜਿਹੜੀ ਇਨਸਾਫ ਦੇ ਲਈ ਮੰਗ ਕਰਦੇ ਹਾਂ ਜਾਂ ਅੱਗੇ ਵਧਦੇ ਹਾਂ। ਅੰਮ੍ਰਿਤ ਮਾਨ ਉਹਨਾਂ ਦੇ ਕਹਿਣ ਦੇ ਲਈ ਉਹ ਕਹਿੰਦੇ ਨੇ ਕਿ ਮੇਰਾ ਭਰਾ ਸੀਗਾ, ਮੇਰਾ ਭਰਾ ਚਲਾ ਗਿਆ, ਮੇਰੇ ਬੱਚੇ ਹੋਣਗੇ ਤਾਂ ਮੈਂ ਕਹੂੰਗਾ ਕਿ ਤੁਹਾਡਾ ਚਾਚਾ ਹੁੰਦਾ ਸੀਗਾ, ਉਹਨਾਂ ਨੇ ਇੱਕ ਸਟੇਜ 'ਤੇ ਇਹ ਗੱਲ ਕਹੀ ਸੀ। ਪਰ ਉਹਨਾਂ ਦੇ ਹੁਣ ਦੀ ਗੌਰਮੈਂਟ ਦੇ ਵਿੱਚ, ਹੁਣ ਜਿਹੜੀ ਗੌਰਮੈਂਟ ਚੱਲ ਰਹੀ ਹੈ, ਉਹਨਾਂ ਦੇ 3 MLA ਨੇ ਜਿਹੜੇ ਅੰਮ੍ਰਿਤ ਮਾਨ ਦੇ ਦੋਸਤ ਨੇ, ਕੀ ਮਤਲਬ ਇਹ ਸਭ ਇੱਕ ਗੱਲਾਂ ਹੀ ਰਹਿ ਗਏ ਨੇ ਰਿਸ਼ਤੇ, ਉਹਨਾਂ 'ਚ ਕੋਈ ਡੂੰਘਿਆਈ ਜਾਂ ਕੁਛ ਵੀ ਨਹੀਂ ਰਹਿ ਗਿਆ, ਮਤਲਬ ਫੀਲਿੰਗਸ ਨਹੀਂ ਰਹਿ ਗਈਆਂ, ਉਹ ਜਾਂ ਫਿਰ ਇੱਕ ਉਹ ਵਾਕਈ ਹੀ ਉਹ ਡਰ ਹੈ ਕਿ ਉਹ ਅਟੈਕ ਸਾਡੇ 'ਤੇ ਵੀ ਹੋ ਸਕਦਾ? ਗੱਲਾਂ ਤਾਂ ਬਹੁਤ ਜ਼ਿਆਦਾ ਨੇ, ਹਾਂਜੀ ਗੱਲਾਂ ਦਾ ਕੜਾ ਜਿਹੜੀ ਅੱਜ ਦੀ ਜਨਰੇਸ਼ਨ ਆ ਬਹੁਤ ਬਣਾਉਂਦੀ, ਬਹੁਤ ਬਣਾ ਲੈਂਦੀ, ਪ੍ਰੈਕਟੀਕਲੀ ਘੱਟ ਹੁੰਦਾ ਜੀ। ਸਾਡੇ ਇੱਕ ਮੰਗਾ ਭਾਜੀ ਸੀਗੇ, ਬਹੁਤ ਅੱਛੇ ਸਿੰਗਰ ਸੀ, ਅਤੇ ਉਹ ਗੁਜ਼ਰ ਗਏ ਪਿਛਲੇ ਦਿਨੀ। ਤਾਂ ਮੈਂ ਕਿਤੇ ਸੋਸ਼ਲ ਮੀਡੀਆ 'ਤੇ ਦੇਖ ਰਿਹਾ ਸੀ ਕਿ ਸਿੱਧੂ ਮੂਸੇਵਾਲਾ ਦੇ ਵੱਲੋਂ ਉਹਨਾਂ ਨੂੰ ਬਹੁਤ ਸਾਰਾ ਉਹਨਾਂ ਦੇ ਬੱਚਿਆਂ ਦੇ ਲਈ ਮੈਂ ਕੁਛ ਗੁਜ਼ਰ ਬਸਰ ਦੇ ਲਈ ਹੈਲਪ ਕੀਤੀ ਗਈ ਆ, ਅਤੇ ਮੈਂ ਯਾਰ ਬਹੁਤ ਵਧੀਆ ਗੱਲ ਹੈ ਜੀ। ਇੱਕ ਦਿਨ ਮੈਂ ਇਹ ਬਨੂੜ ਕੋਈ ਮੇਲਾ ਸੀ ਬਨੂੜ ਚੌਂਕ ਦੇ ਵਿੱਚ, ਅਤੇ ਮੈਂ ਉੱਥੇ ਪਰਫੋਰਮ ਕਰਨ ਗਿਆ, ਸ਼ਾਇਦ ਉਦੋਂ ਸਿੱਧੂ ਮੂਸੇਵਾਲੇ ਦੀ ਡੈਥ ਹੋ ਗਈ ਸੀ, ਤਾਜ਼ੀ ਤਾਜ਼ੀ ਗੱਲ ਸੀ, ਉਹਨੀ ਦਿਨੀ ਉਹ ਮੇਲਾ ਸੀ। ਤਾਂ ਮੈਂ ਜਦੋਂ ਸਟੇਜ ਤੋਂ ਗਾ ਕੇ ਥੱਲੇ ਉਤਰਿਆ ਤਾਂ ਮੈਨੂੰ ਉਹ ਔਰਤ ਮਿਲੀ, ਉਹਨਾਂ ਦੀ ਵਾਈਫ, ਉਹਨੇ ਮੈਨੂੰ ਸਤਿ ਸ਼੍ਰੀ ਅਕਾਲ ਬੋਲੀ, ਮੈਂ ਵੀ ਸਤਿ ਸ਼੍ਰੀ ਅਕਾਲ ਬੋਲਿਆ, ਮੈਂ ਪਛਾਣਿਆ ਨਹੀਂ, ਸੋਚਿਆ ਨਹੀਂ ਕਿ ਉਹ ਥੋੜ੍ਹਾ ਜਿਹਾ ਜ਼ਿੰਮੇਵਾਰੀਆਂ ਵੀ ਉਹਨਾਂ, ਹਾਂਜੀ ਹਾਂਜੀ। ਅਤੇ ਮੈਂ ਉਹਨਾਂ ਨੂੰ ਬੋਲਿਆ, ਮੈਂ ਕਹਿੰਦੀ ਮੈਂ ਮੰਗੇ ਦੀ ਵਾਈਫ, ਮੈਂ ਕਹੋ ਬਾਈ ਤੁਹਾਡੇ ਬੱਚੇ ਕਿਵੇਂ ਹੋ, ਤੁਸੀਂ ਕਿਵੇਂ ਹੋ? ਅਤੇ ਮੈਂ ਕਿਹਾ ਮੈਨੂੰ ਬਹੁਤ ਚੰਗਾ ਲੱਗਿਆ ਵੀ ਤੁਹਾਡੀ ਵੀ ਸਿੱਧੂ ਮੂਸੇਵਾਲੇ ਦੇ ਫੈਮਿਲੀ ਉਹਨਾਂ ਵੱਲੋਂ ਤੁਹਾਡੀ ਕੋਈ ਮਦਦ ਹੋਈ ਜਾਂ ਮੈਂ ਮੀਡੀਆ 'ਚ ਮੈਂ ਕਿਹਾ ਇਹੋ ਜਿਹੀਆਂ ਗੱਲਾਂ ਹੈ। ਕਹਿੰਦੀ ਭਾਅ ਜੀ ਤੁਹਾਨੂੰ ਇਹ ਗੱਲ ਕਿੰਨੇ ਗਈ? ਮੈਂ ਕਿਹਾ ਮੈਂ ਤਾਂ ਮੀਡੀਆ 'ਚ ਕਿਤੇ ਸੁਣਿਆ ਸੁਣਿਆ। ਕਹਿੰਦੇ ਨਹੀਂ ਸਾਡੇ ਨਾਲ ਇਹੋ ਜਿਹਾ ਕੁਛ ਨਹੀਂ ਹੋਇਆ, ਕਿਵੇਂ ਕੁਛ ਕੁਛ ਬਣਾਈ ਜਾਂਦਾ, ਕੋਈ ਕੁਛ ਬਣਾਉਂਦਾ, ਕੋਈ ਕੁਛ ਬਣਾਉਂਦਾ। ਤਾਂ ਇਹ ਗੱਲਾਂ ਤੁਹਾਡੀ ਗੱਲ ਜਾਇਜ਼ ਹੈ ਕਿ ਅੰਮ੍ਰਿਤ ਇਹਦਾ ਜਵਾਬ ਜ਼ਿਆਦਾ ਬੈਟਰ ਦੇ ਸਕਦਾ ਮੇਰੇ ਨਾਲੋਂ, ਪਰ ਇਹ ਜ਼ਰੂਰ ਹੈ ਕਿ ਮੈਂ ਉਹੀ ਗੱਲ ਕੀਤੀ, ਜੇ ਤੁਸੀਂ ਗਲਤ ਨੂੰ ਗਲਤ ਨਹੀਂ ਕਹੋਗੇ ਤੇ ਇੱਕ ਦਿਨ ਉਹ ਜਿਹੜਾ ਤੁਹਾਡੇ ਘਰੇ ਵੀ। ਸਰ ਮੈਂ ਓਵਰਆਲ ਕਮਿਊਨਿਟੀ ਦੀ ਗੱਲ ਕਰ ਰਹੀ ਸੀ ਕਿ ਬਹੁਤ ਸਾਰੇ ਜਿਹੜੇ ਅੱਜ ਗਾਇਕ ਨੇ ਸਟੇਜ ਪਰਫਾਰਮੈਂਸ ਸ਼ੁਰੂ ਕਰਨਗੇ, ਥਾਪੀ ਨਾਲ ਕਰਨਗੇ ਉਹਨਾਂ ਵਾਲੀ, ਅਤੇ ਉਹਨਾਂ ਦੇ ਗੀਤ ਨਾਲ ਕਰਨਗੇ, ਫਿਰ ਕਹਿਣਗੇ ਕਿ ਸਿੱਧੂ ਮੂਸੇਵਾਲਾ ਦੇ ਨਾਮ 'ਤੇ ਤਾੜੀਆਂ ਮਾਰ ਦਿਓ ਜੀ ਇੱਕ ਵਾਰੀ, ਮਤਲਬ ਉਹਨਾਂ ਦੇ ਨਾਮ 'ਤੇ ਖੁਦ ਐਪਰੀਸੀਏਸ਼ਨ ਲੈ ਰਹੇ ਨੇ ਜਾਂ ਸਿਰਫ ਦਿਖਾਵਾ ਕਰ ਰਹੇ ਨੇ, ਕਿਉਂਕਿ ਜੇ ਉਹਨਾਂ ਵਾਕਈ ਹੀ ਉਹ ਦਿਲ 'ਚ ਪਿਆਰ ਹੁੰਦਾ। ਮੈਂ ਸਿਰਫ ਸਿੱਧੂ ਮੂਸੇਵਾਲਾ ਦੀ ਗੱਲ ਨਹੀਂ ਕਰ ਰਹੀ, ਮੈਂ ਓਵਰਆਲ ਇੱਕ ਗੱਲ ਕਰ ਰਹੀ ਹਾਂ ਕਿ ਬਹੁਤ ਸਾਰੇ ਆਰਟਿਸਟ ਜਿਹੜੇ ਅੱਜ ਗਰੀਬੀ ਤੋਂ ਦੀ ਜ਼ਿੰਦਗੀ ਜੀ ਰਹੇ ਨੇ, ਪਰ ਕਮਿਊਨਿਟੀ ਉਹਨਾਂ ਦੇ ਨਾਲ ਨਹੀਂ ਖੜਦੀ। ਅਗਰ ਆਪਾਂ ਆਰਟਿਸਟ ਦੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਮਤਲਬ ਬੜਿਆਂ ਲੋਕਾਂ ਨੂੰ ਨੀਡ ਹੈ ਆਪਣੇ ਸਾਥੀਆਂ ਦੀ, ਹੈ ਨਾ? ਉਹ ਓਵਰਆਲ ਹੀ ਇੱਕ ਮੈਂ ਗੱਲ ਕਰ ਰਹੀ ਹਾਂ ਕਿ ਮਤਲਬ ਕੋਈ ਸਾਥ ਨਹੀਂ ਦੇ ਰਿਹਾ,
या की सिस्टम चल रहे हैं, बस फीलिंग्स खत्म हो चुकी हैं। एक्चुअली ना हर हर मजदूर यूनियन होती है, हर डिपार्टमेंट, हर जिहड़ा जिहड़ी ऑर्गेनाइजेशन उन्होंने यूनियन होंगे ने, साडी जिहड़ी बेसिकली पंजाब दे जिहड़े आर्टिस्ट ने इन्हां दी जिहड़ी यूनिटी जिहड़ी है उस बहुत कमी है। सरकारां नूं जो आप इलेक्शन लड़ने होंगे इन्होंने लीडर लोगों ने साडे लोग साडे वर्गे कलाकार बुला के इन्होंने भीड़ इकट्ठी कर सिंगर्स नूं पॉलिटिशियंस बना दिता गया है। ये भीड़ असी लोग इकट्ठी करते हैं इन्होंने लिए सैवरल टाइम है ना जी। तो ये अगर सारे इकट्ठे होकर दबाव पाउन कि जस्टिस करो जी जल्दी कोर्ट के पाया जाए ताकि पेरेंट्स ने एक दिन कहा भी अभी अं इंडिया ही छड़ देना। तो मैं ये चाहना कि उन्होंने इंसाफ मिलना चाहिए, जो भी गिल्टी है उस लाखों के पिछे होना चाहिए, और जोड़े उन्होंने दोस्त ने वो क्यों डरते हैं जी गल है ये जवाब ज्यादा बैटर वो दे सकते हैं। पर मैं ये चाहना कि किसी नाल भी धक्का जाति जी वो नहीं होनी चाहिए। ला है साढ़े इंडिया का, एक साडा कॉन्स्टिट्यूशन है, एक संविधान है, वो तहत जो भी बनती कार्रवाई वो होनी चाहिए। सर थोड़ा एक रीसेंट ट्रैक बंदूकों ते फिर मैं आऊँगी कलाकार वर्सिज बंदूकों जो चल रहे हैं। पहले मैं मतलब गीत की गल करूँ तो पहले मैं गीत की वीडियो पर आऊँगी। उस वीडियो के सिद्धू मूसेवाला की फिर गल कर रही हूँ भी उन्होंने डैथ की कटिंग मनकीरत औलख की जी एक न्यूज़ लगी सी कि उन्होंने भागीदारी है या जो भी है उनकी एक न्यूज़ या जो भी एक रीसेंट न्यूज़ चल रही सी कॉन्ट्रोवर्सीज वाली जड़ियाँ हैवी कॉन्ट्रोवर्सी के चल रही सो जड़िया कटिंग्स ने उस गीत के वीडियो के लगाई गई ने कि ਤੁਸੀਂ ਕੰਟਰੋਵਰਸੀ ਚਾਹੁੰਦੇ ਸੀ ਜਾਂ ਮਤਲਬ ਉਹ ਕੀ ਸਟੈਪ ਸੀਗਾ, ਕਿਉਂ ਉਹ ਸਟੈਪ ਲਿੱਤਾ ਗਿਆ ਉਹ ਸਾਰੀਆਂ ਕਟਿੰਗਸ ਨੂੰ ਜਾਂ ਉਹ ਨਿਊਜ਼ ਨੂੰ ਆਪਣੀ ਵੀਡੀਓ ਦੇ ਵਿੱਚ ਸ਼ੋਅ ਕਰਨ ਦਾ? ਤੁਸੀਂ ਇਹ ਕਿਉਂ ਨਹੀਂ ਸੋਚਦੇ, ਇਹ ਕਿਉਂ ਨਹੀਂ ਸੋਚਦੇ ਕਿ ਮੈਂ ਜਦੋਂ ਉਹ ਗਾਇਆ, ਹਾਂਜੀ ਹੈ ਨਾ, ਕਿਆ ਉਹ ਬੜੀ ਦਲੇਰੀ ਵਾਲਾ ਕੰਮ ਨਹੀਂ ਹੈ? ਜੇ ਤੁਸੀਂ ਕਹਿੰਦੇ ਹੋ ਵੀ ਅੱਜ ਦੇ ਜਿਹੜੇ ਸਿੰਗਰ ਆ ਉਹਨਾਂ ਦਾ ਮਾਫੀਆ, ਉਹੀ ਕਹਿ ਰਿਹਾ ਜੀ, ਮਾਫੀਆ ਦੇ ਨਾਲ ਤਾਲੁਕ ਆ, ਹਾਂਜੀ ਹੈ ਨਾ, ਮਾਫੀਆ ਦੇ ਨਾਲ ਜੇ ਉਹਨਾਂ ਦਾ ਤਾਲੁਕ ਹੈਗਾ, ਮੈਂ ਨਹੀਂ ਕਹਿੰਦਾ ਜੀ ਹੈਗਾ ਤਾਲੁਕ ਜੀ, ਅਗਰ ਹੈਗਾ ਤਾਂ ਫਿਰ ਤਾਂ ਮੈਂ ਬਹੁਤ ਵੱਡੀ ਦਲੇਰੀ ਕੀਤੀ ਹੈ ਕਿ ਮੈਂ ਉਸ ਗੱਲ ਨੂੰ ਕੰਡੈਮ ਕੀਤਾ ਜਿਹੜਾ ਕਿ ਹੋਰ ਵੀ ਸਿੰਗਰਾਂ ਦੀ ਡਿਊਟੀ ਬਣਦੀ ਹੈ ਜੀ। ਇਹਨੂੰ ਤੁਸੀਂ ਈਮੇਲ ਹੋ ਨਾ ਸਰ, ਮੈਂ ਬਾਕੀ ਰਹੀ ਕਟਿੰਗਸ ਦੀ ਗੱਲ, ਜਿਹੜੀ ਕਟਿੰਗਸ ਮੈਂ ਕੋਈ ਵੀ ਕਟਿੰਗ ਆਪਣੀ ਨਹੀਂ ਬਣਾਈ, ਜੋ ਮੀਡੀਆ 'ਚ ਪਿਆ ਹੋਇਆ, ਮੀਡੀਆ 'ਚ ਪਿਆ ਹੋਇਆ ਹੈ ਨਾ, ਜੇ ਉਹਨਾਂ ਨੇ ਗਲਤ ਛਾਪਿਆ ਉਹਨਾਂ ਦੇ ਬਾਰੇ ਤਾਂ ਉਹਨਾਂ 'ਤੇ ਕੇਸ ਕਰਨ ਜੀ। ਜੇ ਉਹਨਾਂ ਨੇ ਨਹੀਂ ਈਮੇਲ ਕੀਤਾ, ਉਹਨਾਂ ਨੇ ਅਖਬਾਰ ਨੇ ਗਲਤ ਨਿਊਜ਼ ਲਾਈ ਹੈ, ਫਿਰ ਉਹਨਾਂ 'ਤੇ ਕੇਸ ਕਰ ਦੇਣ ਹੈ ਨਾ। ਜੇ ਉਹਨਾਂ ਨੇ ਗਲਤੀ ਕੀਤੀ ਆ ਤਾਂ ਗਲਤੀ ਤਾਂ ਫਿਰ ਦੱਸਣੀ ਪਏਗੀ ਨਾ। ਪ੍ਰਭੂ ਰਾਮ ਨੂੰ ਰਾਮ ਕਹੋਗੇ, ਰਾਵਣ ਨੂੰ ਰਾਵਣ ਕਹੋਗੇ ਹੈ ਨਾ, ਔਰੰਗਜ਼ੇਬ ਨੂੰ ਔਰੰਗਜ਼ੇਬ ਹੀ ਕਹੋਗੇ, ਇਹ ਤਾਂ ਨਹੀਂ ਕਹੋਗੇ ਵੀ ਬਹੁਤ ਵਧੀਆ ਬੰਦਾ ਸੀ ਔਰੰਗਜ਼ੇਬ, ਕਿਵੇਂ ਕਹੋਗੇ? ਨਹੀਂ ਸਰ, ਮੈਂ ਮੇਰਾ ਸਵਾਲ ਸੀਗਾ ਕਿ ਉਸ ਗੀਤ ਨੂੰ ਰੀਸੈਂਟ ਨਿਊਜ਼ ਦੇ ਨਾਲ ਹਾਈਲਾਈਟ ਕੀਤਾ ਗਿਆ, ਕਿਉਂਕਿ ਨਿਊਜ਼ ਤਾਂ ਤੁਹਾਡੇ ਮਤਲਬ ਪਹਿਲੀ ਲਾਈਫ 'ਚ ਵੀ ਬੜੀਆਂ ਬਣੀਆਂ ਹੋਣਗੀਆਂ, ਉਦੋਂ ਵੀ ਮੈਨੂੰ ਲੱਗਦਾ ਕਿ ਬੜੇ ਸਿੰਗਰ ਨੂੰ ਇੱਦਾਂ ਮਾਰਿਆ ਗਿਆ ਹੋਏਗਾ ਕੁਛ। ਤੁਸੀਂ ਸ਼ਾਇਦ ਗੱਲ ਨੋਟ ਨਹੀਂ ਕੀਤੀ, ਹੁਣ ਦੁਬਾਰਾ ਅੱਜ ਵੀਡੀਓ ਜ਼ਰੂਰ ਦੇਖਿਓ, ਠੀਕ ਹੈ, ਇਹ ਵੀਡੀਓ ਤੁਸੀਂ ਜ਼ਰੂਰ ਦੇਖਿਓ। ਉਹ 'ਚ ਬਠਿੰਡੇ ਇੱਕ ਵਿਆਹ ਦਾ ਪ੍ਰੋਗਰਾਮ ਸੀ, ਉਹਦੇ 'ਚ ਇੱਕ ਲੜਕੀ ਨੂੰ ਵੀ, ਹਾਂਜੀ, ਲੜਕੀ ਨੂੰ ਗੋਲੀ ਵੱਜੀ ਜੀ, ਮੈਂ ਉਹੀ ਕਹਿ ਰਹੀ, ਉਹ ਤਾਂ ਕੋਈ ਸਿੰਗਰ ਨਹੀਂ ਸੀ, ਹਾਂਜੀ, ਉਹ ਤਾਂ ਵਿਚਾਰੀ ਡਾਂਸਰ ਸੀ। ਮੇਰਾ ਜਿਹੜਾ ਅਟੈਕ ਸੀ ਉਹ ਅਸਲੇ ਦੇ ਅਗੇਂਸਟ ਸੀ, ਠੀਕ ਹੈ ਜੀ, ਵੀ ਆਰਟਿਸਟ ਦਾ ਕੀ ਕੰਮ ਯਾਰ ਇਹਨਾਂ ਕੰਮਾਂ ਨਾਲ। ਆਰਟ ਆਰਟ ਜਿਹੜੀ ਕੋਈ ਵੀ ਫਾਰਮ ਆਫ ਆਰਟ ਆ ਉਹ ਬੜੀ ਸੂਖਸ਼ਮ ਹੁੰਦੀ ਹੈ, ਕਲਾ ਜਿਹੜੀ ਆ ਉਹ ਸੂਖਸ਼ਮ ਚੀਜ਼ ਆ ਜੀ। ਵਾਇਲੈਂਸ ਸਾਡੀ ਥਾਂ ਨਹੀਂ ਹੈ, ਜੇ ਐਡੇ ਦਲੇਰਾਂ ਨੂੰ ਫਿਰ ਬਾਰਡਰ 'ਤੇ ਜਾ ਕੇ ਲੜੋ, ਜੇ ਆਪਣੇ ਵੀਡੀਓ 'ਚ ਤੁਸੀਂ 20-20 ਬੰਦੇ ਤਾਂ ਮਾਰ ਦਿਓ, ਉੱਥੇ ਜਾ ਕੇ ਮਾਰੋ, ਹਾਂਜੀ, ਤੁਹਾਨੂੰ ਪਤਾ ਲੱਗਿਆ ਅੱਗੋਂ ਜਦੋਂ ਆਉਂਦੀ ਹੈ ਨਾ। ਬਿਲਕੁਲ, ਮਤਲਬ ਉਹ ਇੱਕ ਕੰਟਰੋਵਰਸੀ ਦਾ ਹਿੱਸਾ ਨਹੀਂ ਸੀਗਾ, ਤੁਸੀਂ ਸਿਰਫ ਜਦੋਂ ਉਧਰੋਂ ਫਾਇਰ ਆਉਂਦਾ ਨਾ ਪਰਲੇ ਪਾਸਿਓਂ, ਇਹਨਾਂ ਦਾ ਕੋਈ ਦਲੇਰ ਹੈ ਹੀ ਨਹੀਂ, ਮਾਂ ਦਾ ਪੋਤੀ ਟਿਕਦਾ ਉੱਥੇ, ਇਹ ਫੌਜੀ ਟਿਕਦੇ ਸਾਡੇ, ਸਾਡੇ ਜਵਾਨਾਂ ਨੂੰ ਸਲੂਟ ਆ। ਬਿਲਕੁਲ ਸਰ, ਉਹ ਤਾਂ ਹੈ, ਗਾਣਾ 'ਚ ਤਾਂ ਅਸੀਂ ਬੜਾ ਕੁਛ ਕਰ ਸਕਦੇ, ਫਿਲਮਾਂ 'ਚ ਬੜਾ ਕੁਛ ਕਰ ਸਕਦੇ। ਚਲੋ ਸਰ, ਹੁਣ ਫਿਰ ਗੀਤ ਦੀਆਂ 4 ਲਾਈਨਾਂ ਆਪਾਂ ਜ਼ਰੂਰ ਸੁਣਾਂਗੇ ਕੰਟਰੋਵਰਸੀ ਤੋਂ ਬਾਅਦ। ਨਹੀਂ, ਮੈਂ ਇੱਕ ਸੁਣਿਆ ਸੀ, ਮੈਂ ਸੋਚਿਆ ਮੇਰੀ ਡਿਊਟੀ ਹੈ, ਮੈਂ ਬਿਲਕੁਲ ਉਸ ਚੀਜ਼ ਨੂੰ ਐਪਰੀਸ਼ੀਏਟ ਕਰ ਰਹੀ ਹਾਂ ਸਰ, ਤੁਸੀਂ ਉਹ ਗਟਸ ਦਿਖਾਏ ਹੈ ਜੀ। ਬਟ ਇੱਕ ਆਡੀਅੰਸ ਦਾ ਜਿਹੜਾ ਮਾਈਂਡ ਹੁੰਦਾ ਨਾ, ਮੈਂ ਇੱਥੇ ਬੈਠੀ ਹਾਂ ਆਡੀਅੰਸ ਦਾ ਕੁਐਸਚਨ ਲੈ ਕੇ ਤੁਹਾਡੇ ਸਾਹਮਣੇ, ਉਹਦਾ ਤਾਂ ਮੈਂ ਉਹਦਾ ਸਟ੍ਰੈਂਜਾ ਸੀ ਲਾਸਟ ਵਾਲਾ, ਉਹ 'ਚ ਮੈਂ ਕਹਿੰਦਾ ਕਿ ਪੈਸਾ ਧੇਲਾ ਕੰਜਰਾਂ ਦੇ ਕੋਲ ਬੜਾ ਹੁੰਦਾ ਹੈ, ਹਾਂਜੀ, ਇੱਜ਼ਤ ਲਈ ਨਿੱਕਾ ਜਿਹਾ ਬੋਲ ਬੜਾ ਹੁੰਦਾ ਜੀ, ਜ਼ੋਰ ਕੀ ਕਲਮ ਅੱਗੇ ਤਲਵਾਰ ਦਾ,
ਉੱਥੇ ਮੈਂ ਜ਼ਰੂਰ ਰਾਈਟਰਾਂ ਨੂੰ ਵੀ ਕੰਡੈਮਡ ਕੀਤਾ ਜੇ ਤੁਸੀਂ ਸਹੀ ਲਿਖਣਾ ਸ਼ੁਰੂ ਕਰ ਦਿਓ ਤਾਂ ਵੱਡੀ ਵੱਡੀਆਂ ਤਲਵਾਰਾਂ ਭੱਜ ਸਕਦੀਆਂ ਤੁਹਾਡੇ ਮੂਹਰੇ ਬਿਲਕੁਲ ਜੀ ਕਿਉਂਕਿ ਬੜਾ ਕੁਛ ਜਿਹੜਾ ਕਲਮਕਾਰਾਂ ਨੇ ਕੀਤਾ ਕੰਮ ਕੀ ਬੰਦੂਕਾਂ ਨਾਲ ਕਲਾਕਾਰ ਦਾ ਕੰਮ ਕੀ ਬੰਦੂਕਾਂ ਨਾਲ ਕਲਾਕਾਰ ਦਾ ਇਹ ਫਰਜ਼ੀ ਨੇ ਸਾਰੇ ਇਹ ਫੁਕਰੇ ਨੇ ਸਾਰੇ ਨਹੀਂ ਮੈਂ ਝੂਠ ਮਾਰਦਾ ਕੰਮ ਕੀ ਬੰਦੂਕਾਂ ਨਾਲ ਕਲਾਕਾਰ ਦਾ ਥਾਣਿਆਂ ਕਚਹਿਰੀਆਂ 'ਚ ਉਹ ਜੱਟ ਰੋਲੀ ਜਾਂਦੇ ਨੇ ਬਾਰਾਂ ਬੱਤੀ ਠੱਤੀ ਬੋਰ ਕੀ ਬੋਲੀ ਜਾਂਦੇ ਨੇ ਫਿਰ ਮੈਂ ਸਰਕਾਰ ਦੀ ਗੱਲ ਕੀਤੀ ਹੈ ਕੁਝ ਤੇ ਕਸੂਰ ਸਾਡੀ ਸਰਕਾਰ ਦਾ ਜਿਹੜੀ ਹੁਣ ਜਾਗੀ ਹੈ ਕੁਝ ਤੇ ਕਸੂਰ ਸਾਡੀ ਸਰਕਾਰ ਦਾ ਇਹ ਫਰਜ਼ੀ ਨੇ ਸਾਰੇ ਇਹ ਫੁਕਰੇ ਨੇ ਸਾਰੇ ਨਹੀਂ ਮੈਂ ਝੂਠ ਮਾਰਦਾ ਕੰਮ ਕੀ ਬੰਦੂਕਾਂ ਨਾਲ ਕਲਾਕਾਰ ਦਾ ਥੈਂਕ ਯੂ ਬਹੁਤ ਖੂਬਸੂਰਤ ਮੈਂ ਐਕਚੁਅਲੀ ਵਿਸ਼ ਕਰਾਂਗੀ ਕਿ ਇਹ ਤੁਹਾਡੇ ਜਿਹੜੇ ਬੋਲ ਨੇ ਇਹਦਾ ਅਸਰ ਉਹਨਾਂ ਗਾਇਕਾਂ ਤੱਕ ਪਹੁੰਚੇ ਸਰਕਾਰ ਤੱਕ ਤਾਂ ਜ਼ਰੂਰ ਪਹੁੰਚੇ ਕਿਉਂਕਿ ਜੜ ਨੂੰ ਖਤਮ ਕਰਨਾ ਜ਼ਿਆਦਾ ਜ਼ਰੂਰੀ ਹੈ ਰਾਦਰ ਦੈਨ ਕਿ ਆਪਾਂ ਉਹਦੀਆਂ ਥੋੜ੍ਹੀ ਛੋਟੀ ਛੋਟੀ ਟਾਹਣੀਆਂ ਨੂੰ ਕੱਟੀਏ ਇੱਕ ਸਟੈਂਜਾ ਆਉਂਦਾ ਉਹ 'ਚ ਮੈਂ ਬੋਲਦਾ ਕਿ ਕਾਲਜੋਂ ਸਕੂਲੋਂ ਜਿਹੜਾ ਸਿੱਖ ਲਈਏ ਗਿਣਤੀ ਨਾਰੀ ਦੇ ਸਰੀਰ ਦੀ ਪੇ ਕੱਢੀ ਜਾਂਦੇ ਮਿਣਤੀ ਹਾਲ ਕੀ ਬਣਾਇਆ ਸੁੱਚੇ ਕਿਰਦਾਰ ਦਾ ਬਾਬਾ ਨਾਨਕ ਜੀ ਕਹਿ ਗਏ ਸੋ ਕੇ ਮੰਦਾ ਆਖੀਏ ਜਿੱਤ ਜੰਮੇ ਆਪਾਂ ਕੀ ਗਾਉਂਦੇ ਹਾਂ ਕੀ ਗਾ ਰਹੇ ਹਾਂ ਹੋਰ ਵੀ ਤਾਂ ਬੜੇ ਤਰੀਕਿਆਂ ਨਾਲ ਗੱਲਾਂ ਕਹੀਆਂ ਜਾ ਸਕਦੀਆਂ ਕਿਆ ਉਹ 'ਤੇ ਭੰਗੜਾ ਨਹੀਂ ਪੈਂਦਾ ਇੱਕ ਪਿੱਛੇ 'ਚ ਗਾਣਾ ਚੱਲਿਆ ਹਨੀ ਸਿੰਘ ਦੇ ਗਾਣੇ ਮੈਨੂੰ ਕਈ ਬਹੁਤ ਚੰਗੇ ਲੱਗਦੇ ਕਈ ਜਦੋਂ ਕਹਿੰਦੇ ਵੀ ਇਹ ਪੀ ਲਓ ਇਹ ਪੀ ਲਓ ਜੜਾਂ ਦੀ ਫਿਰ ਉਹ ਨਹੀਂ ਵੀ ਚੰਗੇ ਲੱਗਦੇ ਪਰ ਉਹਦਾ ਇੱਕ ਗਾਣਾ ਸੀ ਉਹਦਾ ਮਿਊਜ਼ਿਕ ਹਨੀ ਸਿੰਘ ਦਾ ਸੀ ਉਹ ਸੀਗਾ ਮੁੰਦਰੀ ਬਣਾਈ ਫਿਰ ਮੈਂ ਕਹਿੰਦਾ ਜੀ ਲੋਕਾਂ ਨੇ ਕਿਤੇ ਡਾਂਸ ਕੀਤਾ ਉੱਥੇ ਬਿਲਕੁਲ ਹੈ ਨਾ ਅਤੇ ਚੱਲੇ ਗਾਣੇ ਹੋਰ ਬੜੇ ਗਾਣੇ ਨੇ ਜਿਹੜੇ ਅੱਜ ਵੀ ਤੁਸੀਂ ਕਈ ਗਾਣੇ ਬਹੁਤ ਅੱਛੇ ਨੇ ਪਤਾ ਨਹੀਂ ਉਹ ਗੱਡੀ ਦੇ ਪਵਾਉਂਦਾ ਰਹਿੰਦਾ ਰਿਮ ਵੇ ਹੈ ਨਾ ਅਤੇ ਮੇਰੇ ਵੀ ਪਤਾ ਨਹੀਂ ਮੇਰੇ ਵੀ ਪਵਾ ਦੇ ਤੂੰ ਝਾਂਜਰਾਂ ਵਧੀਆ ਗੱਲ ਹੈ ਯਾਰ ਕੋਈ ਗੱਲ ਨਹੀਂ ਲੋਈ ਵੀਲ ਦਾ ਰਿਵਾਜ਼ ਹੈ ਜੀ ਉਹ ਠੀਕ ਹੈ ਨਾ ਇਹ ਥੋੜ੍ਹੀ ਵੀ ਕਿਸੇ ਨੂੰ ਮਾਰ ਟੁੱਕ ਕੇ ਵੱਢ ਟੁੱਕ ਕੇ ਗੋਲੀ ਮਾਰ ਕੇ ਗਾਣਾ ਬਣਦਾ ਜੀ ਹੈ ਨਾ ਇਹ ਤਾਂ ਮਤਲਬ ਨਜਾਇਜ਼ ਆ ਠੀਕ ਹੈ ਪੰਜਾਬੀ ਗਰਮ ਖਿਆਲੀ ਹੁੰਦੇ ਆ ਪਰ ਪੰਜਾਬੀ ਰਹਿਮ ਦਿਲ ਵੀ ਬਹੁਤ ਹੁੰਦੇ ਬਿਲਕੁਲ ਸਰ ਉਹ ਨਹੀਂ ਦੇਖਦੇ ਜਾਤ ਨਹੀਂ ਬਹਿੰਦੇ ਪਾਤ ਨਹੀਂ ਬਹਿੰਦੇ ਤੁਸੀਂ ਦੇਖਿਆ ਨਾ ਜਿਹੜੀ ਸਿੱਖ ਏਡਸ ਵਾਲੇ ਨੇ ਜੀ ਹਾਂਜੀ ਕਿੱਥੇ ਜਾ ਕੇ ਕਿੱਥੇ ਜਾ ਕੇ ਇੱਕ ਸਿੰਘ ਨਹੀਂ ਰਹਿੰਦਾ ਉਹਨਾਂ ਨੇ ਉੱਥੇ ਜਾ ਕੇ ਵੀ ਹਿਊਮੈਨਿਟੀ ਦੀ ਸੇਵਾ ਕੀਤੀ ਹੈ ਸੌ ਸੌ ਸਲਿਊਟ ਔਰ ਉਹਨਾਂ ਨੂੰ 100-100 ਲੋਕ ਕਈ ਲੋਕ ਬੋਲੀ ਜਾਂਦੇ ਉਹਨਾਂ ਬਾਰੇ ਵੀ ਗਲਤ ਆਪਣਾ ਘਰ ਛੱਡ ਕੇ ਲੋਕਾਂ ਦੇ ਲਈ ਜੀਣਾ ਲੋਕਾਂ ਲਈ ਕੁਛ ਕਰਨਾ ਹਿਊਮੈਨਿਟੀ ਲਈ ਕੁਛ ਕਰਨਾ ਬਹੁਤ ਵੱਡੀ ਗੱਲ ਬਹੁਤ ਬਹੁਤ ਵੱਡੀ ਗੱਲ 100-100 ਨਮਨ ਤੁਹਾਡੇ ਮੰਚ ਤੋਂ ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਤੁਹਾਡੇ ਲਈ ਸੇਵਾ ਕਰਦੇ ਬਿਲਕੁਲ ਸਰ ਜੀ ਬੰਦਾ ਜੀ ਤੁਹਾਡਾ ਜਨਮ ਸਰ ਜੰਮੂ ਤੋਂ ਹੈ ਔਰ ਤੁਹਾਡੇ ਫਾਦਰ ਸਾਹਿਬ ਡੋਗਰੀ ਲੈਂਗੁਏਜ ਦੇ ਬੜੇ ਅੱਛੇ ਫਨਕਾਰ ਨੇ ਅੱਜ ਵੀ ਉਹਨਾਂ ਦਾ ਨਾਮ ਚੰਗੇ ਕਲਾਕਾਰਾਂ ਦੇ ਵਿੱਚ ਆਉਂਦਾ ਹੈ ਤਾਂ ਤੁਸੀਂ ਵੀ ਡੋਗਰੀ ਲੈਂਗੁਏਜ ਦੇ ਵਿੱਚ ਗਾਇਆ ਜਾਂ ਕੁਛ ਲਿਖਿਆ ਕਦੀ ਡੋਗਰੀ ਜਿਹੜੀ ਲੈਂਗੁਏਜ ਹੈ ਇਹ ਪੰਜਾਬੀ ਦੀ ਇੱਕ ਉਪਭਾਸ਼ਾ ਹੈ ਨਾ ਭਾਸ਼ਾ ਹੈ ਜੀ ਮੈਨੂੰ ਬੜਾ ਚੰਗਾ ਲੱਗਦਾ ਇੱਕ ਮੇਰੇ ਡੈਡੀ ਜੀ ਦਾ ਗਾਣਾ ਮੈਨੂੰ ਬੜਾ ਪਸੰਦ ਹੈ ਲੋਕੋ ਮਿਗੀ ਤਾਂਗ ਸੱਜਣੇ ਦੀ ਸਾਡੇ ਮਣੇ ਵਾਲਾ ਰਹੀ ਗਿਆ ਅੱਛਾ ਅਤੇ ਪਿੱਛੇ ਜੀ ਮੈਂ ਦੁਸਹਿਰੇ ਦਾ ਮੇਲਾ ਪ੍ਰੋਗਰਾਮ ਸੀ ਮੇਰਾ ਤਾਂ ਉਹ 'ਚ ਮੈਂ ਇੱਕ ਡੋਗਰੀ ਲੋਕ ਗੀਤ ਗਾਇਆ ਤਾਂ ਉਹ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਮਤਲਬ ਉਹਦੀ ਇੱਕ ਲਾਈਨ ਜਿਹੜੀ ਸੀ ਮੈਂ ਬੋਲਦਾ ਸੀ ਬਾਕੀ ਦੁਨੀਆਂ ਬੋਲਦੀ ਸੀ ਓਕੇ ਉਹ ਬੜਾ ਮਜ਼ਾ ਆਉਂਦਾ ਸਟੇਜ 'ਤੇ ਗਾਉਣ ਦਾ ਮੈਂ ਤੁਹਾਨੂੰ ਸੁਣਾਉਣਾ ਹਾਂਜੀ ਆਪਣੇ ਬੇਟੇ ਨਾਲ ਜੀ ਸਰ ਮੈਂ ਰਿਕੁਐਸਟ ਕਰੂੰਗੀ ਅਰਜੁਨ ਨੂੰ ਵੀ ਕਿ ਸਾਨੂੰ ਇੱਥੇ ਅੱਜ ਹੁਣ ਤੁਹਾਡੇ ਨਾਲ ਜੁਆਇਨ ਕਰਨ 'ਤੇ ਆਪਾਂ ਇਕੱਠੇ ਸੁਣਦੇ ਹਾਂ ਫਿਰ ਦੋ ਲੈਣਾ ਤੁਹਾਨੂੰ ਡੈਡੀ ਜੀ ਦੇ ਗਾਣੇ ਦੀਆਂ ਸੁਣਾਉਣਾ ਫਿਰ ਇੱਕ ਤੁਹਾਨੂੰ ਛੋਟਾ ਜਿਹਾ ਲੋਕ ਗੀਤ ਜਿਹੜਾ ਡੋਗਰੀ ਜੀ ਲੋਕੋ ਮਿਗੀ ਤਾਂਗ ਸੱਜਣੇ ਦੀ ਦੇਖੋ ਮਿਗੀ ਤਾਂਗ ਸੱਜਣੇ ਦੀ ਉਹ ਸਾਡੇ ਮਣੇ ਵਾਲਾ ਰਹੀ ਗਿਆ ਚਾ ਲੋਕੋ ਮਿਗੀ ਤਾਂਗ ਸੱਜਣੇ ਦੀ ਜਾਂਦਾ ਜਾਂਦਾ ਆਖੀ ਗਿਆ ਫੋਟੋ ਗੀ ਸੰਭਾਲੀ ਲਿਆ ਸਾਂਭੀ ਸਾਂਭੀ ਰੱਖਿਆ ਕਰਨੀ
ਅੱਖੀਏ ਜਲੀ ਲਿਆ ਆਉਂ ਤੱਕੀ ਤੱਕੀ ਥੱਕੀ ਗਈਆਂ ਰਾ ਲੋਕੋ ਮਿਗੀ ਤਾਂਗ ਸਜਣੇ ਦੀ ਉਹ ਸਾੜੇ ਮਣੇ ਵਾਲਾ ਰਹੀ ਗਿਆ ਚਾ ਲੋਕੋ ਮਿਗੀ ਤਾਂਗ ਸਜਣੇ ਦੀ ਇਹ ਮੇਰੇ ਡੈਡੀ ਜੀ ਦਾ ਗਾਣਾ ਸੀ ਹੁਣ ਮੈਂ ਤੁਹਾਨੂੰ ਸੁਣਾ ਡੋਗਰੀ ਦਾ ਇੱਕ ਲੋਕ ਗੀਤ ਜੀ ਮਾਊ ਜੋਗੀਆਂ ਡੰਡੀਆਂ ਤੇ ਭੈਣੂ ਜੋਗੀਆਂ ਵੰਗਾਂ ਮਾਊ ਜੋਗੀਆਂ ਡੰਡੀਆਂ ਤੇ ਭੈਣੂ ਜੋਗੀਆਂ ਵੰਗਾਂ ਤੇ ਮੇਰੇ ਲਈ ਲਈਆਂ ਦਾ ਬਿੱਲਾ ਤੇ ਮੇਰਾ ਦਿਲ ਜਲੀ ਹੋ ਗਿਆ ਓ ਮਿਊ 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 ਤੇਰਾ ਮਾੜਾ ਬਿੱਲਾ ਤੇ ਮੇਰਾ ਦਿਲ ਜਲੀ ਹੋ ਗਿਆ ਵਿਆਹੀ ਦਿੱਤੀ ਕੁੜੀ ਤੇ ਵਿਆਹੀ ਦਿੱਤਾ ਮੁੰਡਾ ਵਿਆਹੀ ਦਿੱਤੀ ਕੁੜੀ ਤੇ ਵਿਆਹੀ ਦਿੱਤਾ ਮੁੰਡਾ ਤੇ ਰੰਡ ਮੁਰੰਡਾ ਫਿਰੇ ਮਾੜਾ ਬਿੱਲਾ ਤੇ ਮੇਰਾ ਦਿਲ ਜਲੀ ਹੋ ਗਿਆ ਓ ਮਿਊ 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 ਕਰੇ ਮਾੜਾ ਬਿੱਲਾ ਤੇ ਮੇਰਾ ਦਿਲ ਜਲੀ ਹੋ ਗਿਆ Too good, sir. Too good, actually. Too good, Arjun. You are playing too good. Thank you so very much, sir. ਬਹੁਤ ਅੱਛਾ ਸੁਣਾਉਣ ਦੇ ਲਈ ਇੱਕ ਡੋਗਰੀ ਸਾਡਾ ਅੱਗੇ ਫੋਕ ਵੀ ਪੇਸ਼ ਕਰਨ ਦੇ ਲਈ ਡੋਗਰੀ ਵੀ ਫਲੇਵਰ ਯੈਸ ਡੋਗਰੀ ਫਲੇਵਰ ਵੀ ਪੇਸ਼ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸੋ ਇਹ ਸਨ ਜੀ ਗਾਇਕ ਰੋਮੀ ਰੰਜਨ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਐਪੀਸੋਡ ਪਸੰਦ ਆਊਗਾ ਤੁਸੀਂ ਆਪਣਾ ਪਿਆਰ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਜ਼ਰੂਰ ਦੇਣਾ ਜੀ ਇਸੇ ਤਰ੍ਹਾਂ ਹੀ ਮੁਲਾਕਾਤਾਂ ਦੇ ਸਿਲਸਿਲੇ ਦੇ ਵਿੱਚ ਮਿਲਾਵਾਂਗੇ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਖਾਸ ਸ਼ਖਸੀਅਤ ਦੇ ਨਾਲ ਤਦ ਤੱਕ ਆਪਣਾ ਧਿਆਨ ਰੱਖੋ ਖੁਸ਼ ਰਹੋ ਰੱਬ ਰੱਖਾ